ਦੱਸਿਆ ਸੀਗਾ ਕਿ ਅਸੀਂ ਅੱਜ ਦੋ ਬੱਕਰੀਆਂ ਜਿਹੜੀਆਂ ਨਾ ਔਰ ਖਰੀਦ ਲੈਣੀਆਂ ਲੈਂਗੇ, ਲੇਕਿਨ ਜਿਹੜੇ ਅੰਕਲ ਨੂੰ ਕਹੀ ਹੋਈਆਂ। ਵੈਸੇ ਅੱਬੂ ਜਾਨ, ਬੱਕਰੀ ਘੱਟ ਤੇ ਮੱਝ ਜ਼ਿਆਦਾ ਲੱਗਦੀ ਪਈ। ਉਹਨਾਂ ਨੇ ਤਾਂ ਗਰੰਟੀ ਦਿੱਤੀ ਹੈ ਕਿ ਤਕਰੀਬਨ ਨਾ ਕਿਲੋ ਹੋਵੇਗਾ, ਹੁਣ ਦੇਖਦੇ ਆ। ਸਮਝਾਣ ਲਓ ਜੀ, ਦੋਨੇ ਬੱਕਰੀਆਂ ਆ ਗਈਆਂ ਮਾਸ਼ਾਅੱਲਾ। ਓ ਜਿਵੇਂ ਭਾਈ ਹੋਰੀ ਰੱਖ ਰਹੇ ਨੇ ਐਵੇਂ ਚੱਕ ਕੇ ਵਿੱਚ ਰੱਖਣਾ। ਬੰਦ ਕਰ ਇਹਨੂੰ, ਕੈਮਰਾ ਬੰਦ ਕਰ ਦੇ, ਕੈਮਰਾ ਬੰਦ ਕਰ ਦੇ। ਕਿਵੇਂ ਉਹ ਕਹਿੰਦੇ ਨੇ ਕਿ ਬਸ ਮੇਰੇ ਕੋਲ ਰਿਹਾ ਨੀ ਜਾ ਰਿਹਾ ਹੈਗਾ, ਚੱਲਾਂ ਜਾ ਕੇ ਦੇਖ ਆਵਾਂ ਕਿਹੋ ਜਿਹੀ ਅਸੀਂ। ਵੈਲਕਮ ਬੈਕ ਜੀ, ਅਸਲਾਮੁ ਅਲੈਕੁਮ ਜੀ, ਕੀ ਹਾਲ ਚਾਲ ਨੇ ਸਾਡੇ ਦੇਖਣ ਨਾਲ? ਤਮਾਮ ਭੈਣ ਭਾਈਆਂ ਤੇ ਅਸੀਂ ਮਿਹਨਤ ਕਰਨੇ ਆ, ਸਾਡੇ ਦੇਖਣ ਨਾਲ ਤਮਾਮ ਭੈਣ ਭਾਈ ਬਿਲਕੁਲ ਠੀਕ ਠਾਕ ਹੋਣਗੇ ਤੇ ਅਲਹਮਦੁਲਿਲਾ ਜੀ ਅਸੀਂ ਬਿਲਕੁਲ ਠੀਕ ਠਾਕ ਆਂਗੇ। ਤੇ ਆਪਣਾ ਜੀ ਅੱਜ ਦਾ ਵਲੋਗ ਬੜਾ ਇੰਟਰਸਟਿੰਗ ਹੋਣ ਵਾਲਾ ਸੀ, ਸ਼ੁਰੂ ਤੋਂ ਲਾ ਕੇ ਐਂਡ ਤੱਕ ਮੁਕੰਮਲ ਬਾਤ ਕਰਨਾ। ਜਿਸ ਤਰ੍ਹਾਂ ਕਿ ਤੁਹਾਨੂੰ ਇਸ ਤੋਂ ਪਹਿਲੇ ਵਾਲੇ ਵਲੋਗ ਮੈਂ ਦੱਸਿਆ ਸੀਗਾ ਕਿ ਅਸੀਂ ਅੱਜ ਦੋ ਬੱਕਰੀਆਂ ਜਿਹੜੀਆਂ ਨਾ ਔਰ ਖਰੀਦ ਲੈਣੀਆਂ ਲੈਂਗੇ, ਲੇਕਿਨ ਜਿਹੜੇ ਅੰਕਲ ਨੂੰ ਕਹੀ ਹੋਈਆਂ ਸੀ ਨਾ ਕਿ ਸਾਨੂੰ ਬੱਕਰੀਆਂ ਲੱਭ ਕੇ ਦਿਓ, ਉਹਨਾਂ ਨੂੰ ਤਾਂ ਕਿਧਰੋਂ ਨਹੀਂ ਮਿਲੀਆਂ ਨੇਗੇ, ਲੇਕਿਨ ਅੱਬੂ ਜਾਨ ਜਿਹੜੇ ਨੇਗੇ ਇਹਨਾਂ ਨੇ ਕਿਧਰੋਂ ਖੋਜ ਹੀ ਲਈਆਂ ਨੇਗੀਆਂ ਬੱਕਰੀਆਂ। ਉਹਨਾਂ ਦਾ ਰੇਟ ਵਗੈਰਾ ਫਾਈਨਲ ਕਰਕੇ ਉਹਨਾਂ ਕੋਲ ਸਮਝ ਲਓ ਬੱਕਰੀਆਂ ਖਰੀਦ ਕੇ ਆ ਗਏ, ਬਸ ਹੁਣ ਲੈ ਕੇ ਹੀ ਆਉਣੀਆਂ ਨੇਗੀਆਂ। ਅੰਮੀ ਤਾਂ ਅੱਬੂ ਦੋਨੇ ਗਏ ਸੀ, ਇੱਥੇ ਸਾਡੇ ਰਿਸ਼ਤੇਦਾਰ ਨੇ ਉੱਧਰ ਖੜੀਆਂ ਸੀਗੀਆਂ, ਸਾਨੂੰ ਅੱਜ ਹੀ ਪਤਾ ਚੱਲਿਆ ਸੀ, ਅਸੀਂ ਕਿਹਾ ਚਲੋ ਅਗਰ ਉੱਧਰ ਨਾ ਹੀ ਨਾ ਮਿਲੀਆਂ ਤੇ ਫਿਰ ਇਹਨਾਂ ਨੂੰ ਦੇਖ ਲਵਾਂਗੇ ਜਾ ਕੇ। ਮਾਸ਼ਾਅੱਲਾ ਅੰਮੀ ਜਾਨ ਕਹਿ ਰਹੀਆਂ ਨੇਗੇ ਪਿਆਰੀਆਂ ਨੇਗੇ ਬੱਕਰੀਆਂ, ਲੇਕਿਨ ਜਾ ਕੇ ਅੰਮੀ ਜਾਨ ਮੈਂ ਦੇਖਣੀਆਂ, ਵੇਖਣੇ ਆ ਗਏ ਕਲਰ ਜੀ, ਮੈਨੂੰ ਤੁਸੀਂ ਨਹੀਂ ਦੱਸਿਆ ਕਿਹੋ ਜਿਹਾ, ਚਲੋ ਵੇਖ ਲੈਂਦੇ ਆ ਕੇ ਲੈ ਆਉਂਦੇ ਹਾਂ ਨਾ। ਕਿਸ ਤਰ੍ਹਾਂ ਦੀ ਚੀਨੀਆਂ ਨੇ? ਚਲੋ ਲੈ ਆਉਂਦੇ ਆ ਕੇ ਦੇਖਣੇ ਆ ਗਏ ਫਿਰ। ਉਦੋਂ ਜੇ ਨਾ ਖਾਲੂ ਇੱਕ ਬੱਕਰੀ ਲੈ ਆਵੇਗਾ ਤੇ ਇੱਕ ਅੱਬੂ ਜਾਨ ਤੇ ਮੈਂ ਰੱਖ ਕੇ ਤੇ ਮੋਟਰਸਾਈਕਲ ਤੇ ਲੈ ਆਵਾਂਗੇ, ਖਾਲੂ ਵੀ ਨਾਲ ਆਪਣੇ ਜੇ ਨਾ ਕੋਈ ਕਦਨ ਵਗੈਰਾ ਲਾ ਕੇ ਲੈ ਆਵੇਗਾ। ਇਹ ਇੱਕ ਇੱਕ ਹੀ ਲੈਣੀ, ਵੈਸੇ ਦੋ ਹੀ ਲੈ ਹੀ ਜਾਣਗੇ ਮੋਟਰਸਾਈਕਲ ਤੇ, ਲੇਕਿਨ ਇਹ ਹੈਗਾ ਕਿ ਫਿਰ ਤੰਗੀ ਬਹੁਤ ਜ਼ਿਆਦਾ ਰਸਤੇ ਬਣੇਗੀ, ਸਫ਼ਰ ਵੀ ਕਾਫੀ ਹੈ। ਖਾਲੂ ਔਰਾਂ ਦੇ ਘਰ ਦੇ ਗਵਾਂਢ ਹੀ ਹੈਗਾ ਉੱਥੇ ਜਿੱਥੇ ਮੇਰੀ ਖਾਲਾ ਘਰ ਹੈ ਨਾ। ਅੱਬੂ ਜਾਨ ਉਧਰੋਂ ਲੈ ਗਾਂਸ ਵੀ, ਹਾਂ ਉਦੋਂ ਆਉਂਦੇ ਹੋ ਗਾਂਸ ਵੀ ਲੈਣ। ਚਲੋ ਹੁਣ ਚੱਲੀਏ ਆਪਾਂ, ਲੇਟ ਹੋ ਰਹੀ ਹੈਗੀ, ਰਾਤ ਹੋ ਜਾਣੀ ਫਿਰ ਆਉਂਦੇ ਆਉਂਦੇ। ਚਲੋ ਚੱਲਦੇ ਹਾਂ, ਚੱਲ ਕੇ ਬੱਕਰੀਆਂ ਲੈ ਆਈਏ ਤੇ ਦਾਣੇ ਦਿਖਾਉਂਦੇ ਆ ਗਏ। ਅਸੀਂ ਤਾਂ ਤੀਸਰਾ ਚੌਥਾ ਦਿਨ ਬੱਕਰੀਆਂ ਦੇ ਵਲਾਗ ਆ ਰਹੇ ਨੇ, ਜ਼ਿਵਰ ਵੀ ਕਵਣਗੇ ਐਸੇ। ਮਾਸ਼ਾਅੱਲਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈਗੀ ਹੁਣ ਅਗਰ ਜੀ ਜੀ, ਹਾਂ ਜਿਵੇਂ ਆ ਦੋ ਪਰਲੀ ਸਾਈਡ ਤੇ ਖਾ ਰਹੀਆਂ ਨੇ ਸੁਬਾ ਤੇ, ਬਲਕਿ ਅੱਜ ਰਾਤ ਹੀ ਇਨਸ਼ਾਅੱਲਾ ਤਾਲਾ ਇਸ ਸਾਈਡ ਤੇ ਖਲੋ ਖਾਵਣਗੀਆਂ, ਐਵੇਂ ਦੋ ਚਾਰ ਹੋ ਜਾਣਗੀਆਂ। ਤੇ ਇਹ ਜਿਹੜੀ ਆਪਣੀ ਬੱਕਰੀ ਹੈਗੀ ਮੈਂ ਅੱਜ ਵੀ ਦਿਖਾਈ ਹੈਗੀ, ਇੱਥੇ ਵਪਾਰੀ ਅੰਕਲ ਸੀ ਉਹ ਦੱਸ ਰਹੇ ਨੇਗੇ ਕਿ ਇਹਨੂੰ ਨਾ ਬੱਚੇ ਹੋਣ ਵਾਲੇ ਨੇਗੇ, ਕਿ ਸਮਝ ਲਓ ਨਾ ਛੋਟੇ ਬੇਬੀ ਗੋਟ ਸਾਵਣ ਵਾਲੇ ਨੇਗੇ। ਉਹ ਫਿਰ ਇਨਸ਼ਾਅੱਲਾ ਤਾਲਾ ਤੁਹਾਨੂੰ ਦਿਖਾਵਾਂਗੇ, ਤਕਰੀਬਨ ਅੱਬੂ ਜਾਨ ਦੋ ਤਿੰਨ ਮਹੀਨਿਆਂ ਤੱਕ ਦੇਵਣਗੇ ਬੱਚੇ ਅੱਗੇ, ਤਿੰਨ ਮਹੀਨਿਆਂ ਤੱਕ। ਅਤੇ ਉਹ ਜੇ ਪਰਲੀ ਹੈਗੀ ਉਹ ਤਕਰੀਬਨ 5 ਮਹੀਨੇ ਤੋਂ ਲੱਗ ਜਾਣੇ ਨੇ ਨਾ ਉਹਨੇ ਬੱਚੇ ਦੇਣੇ ਨੇਗੇ ਫਿਰ। ਅਤੇ ਅੱਬੂ ਜਾਨ ਹੁਣ ਆਪਾਂ ਚੱਲੀਏ, ਅਸੀਂ ਕਿਵੇਂ ਬਹਿ ਗਏ? ਮੈਨੂੰ ਬੜਾ ਯਕੀਨ ਨਾ ਕਿਵੇਂ ਉਹ ਕਹਿੰਦੇ ਨੇਗੇ ਬਸ ਮੇਰੇ ਕੋਲ ਰਿਹਾ ਨਹੀਂ ਜਾ ਰਿਹਾ ਹੈਗਾ, ਚੱਲਾਂ ਜਾ ਕੇ ਦੇਖ ਆਵਾਂ ਕਿਹੋ ਜਿਹੀ ਅਸੀਂ ਬੱਕਰੀ ਖਰੀਦ, ਕਹਿ ਰਹੇ ਨੇਗੇ ਬੜਾ ਸੌਦਾ ਜਿਹਾ ਵਾਰੇ ਦਾ ਹੋ ਗਿਆ ਹੈਗਾ ਵੱਡੀਆਂ ਬੱਕਰੀਆਂ। ਹਾਂਜੀ ਜੀ, ਚੱਲ ਜਾ ਕੇ ਦੇਖ ਲੈਂਦੇ ਹਾਂ ਨਾ। ਅੱਬੂ ਜਾਨ ਗਾਸ ਬੜੀ ਸ਼ੌਕ ਨਾਲ ਪੱਟ ਕੇ ਲੈਣ, ਜੋ ਜੇ ਮੈਂ ਸੁਬਾ ਲੈ ਆਉਂਦੇ ਨੂੰ 4 ਗੁਣਾ ਚੰਗਾ ਹੈਗਾ, ਅਸੀਂ ਆਪ ਚੈੱਕ ਕਰੋ, ਬੱਕਰੀਆਂ ਬੜੀ ਸ਼ੌਕ ਨਾਲ ਖਾਵਣਗੀਆਂ। ਜਲਦੀ ਕੱਢੋ ਅੱਬੂ ਜਾਨ, ਮੇਰੇ ਕੋਲ ਯਕੀਨ ਕਰ ਜੋ ਨਹੀਂ ਰਿਹਾ ਜਾ ਰਿਹਾ, ਮੈਂ ਬੱਕਰੀਆਂ ਨੂੰ ਦੇਖਣ ਤੋਂ ਬਾਅਦ ਬੇਤਾਬ ਹੋਇਆ ਕਿ ਖਾਲੂ ਤੇ ਰਹਿ ਗਿਆ ਹੋਇਆ। ਅੱਬੂ ਜਾਨ ਇਤਨੀ ਸਸਤੀ, ਮੈਂ ਅਗਲੇ ਦਿਨ ਉਹ ਆਪਾਂ ਲੰਘੇ ਪਤਾ ਕੀਤਾ ਸੀ ਨਾ, ਇਤਨੇ ਦੀ ਇੱਕ ਬੱਕਰੀ ਜਿਤਨੇ ਦੀ ਦੋ ਲੈ ਆਏ ਹੋ, ਹਾਂ ਦੇਖ ਲੈਂਦੇ ਹਾਂ ਨਾ ਚੱਲ ਕੇ। ਚਲੋ ਜੀ ਰੱਸਾ ਚੱਕ ਲਿਆ, ਇਹ ਹੀ ਹੋਣਾ ਜਾ ਰਹੇ, ਹਾਂ ਚੱਲ। ਚਲੋ ਹੁਣ ਚਲੋ, ਮੈਂ ਕਾਲਾ ਬਣਿਆ ਪੂਜਣ, ਮੇਰੇ ਨੇ ਜ਼ਿਆਦਾ ਕਾਲੇ ਨੇ ਬਜਾ ਰੱਖਿਆ ਮੋਟਰਸਾਈਕਲ ਉੱਥੋਂ।
ਤੇ ਸੂਰਜ ਜੀ ਗਰੂਬ ਹੋਣ ਲੱਗਿਆ ਹੈਗਾ ਤੇ ਅਸੀਂ ਬਸ ਪਹੁੰਚੇ ਖੜੇ ਆਂਗੇ ਜਿਹੜੇ ਘਰੋਂ ਬੱਕਰੀਆਂ ਲਈਆਂ ਨਾ ਉਸ ਘਰ ਤੇ ਚੱਲ ਕੇ ਤੁਹਾਨੂੰ ਦਿਖਾਉਂਦੇ ਆਪੂ ਜਾ ਮੈਂ ਰਸਤੇ ਦੱਸ ਰਹਿਣਗੇ ਇੱਕ ਬੱਕਰੀ ਜਿਹੜੀ ਉਹਦੇ ਥੱਲੇ ਤੇ 1 ਕਿਲੋ ਦੁੱਧ ਵੀ ਹੈਗਾ ਇੱਕ ਟਾਈਮ ਦਾ 1 ਕਿਲੋ ਦੁੱਧ ਦਿੰਦੀ ਹੈ ਇਹ ਮੈਂ ਹੈਰਾਨ ਹੋ ਗਿਆ ਆ ਗਿਆ ਤੇ ਚੱਲਨੇ ਆ ਨਾ ਚੱਲ ਕੇ ਦੇਖਣੇ ਆਂਗੇ 38,000 ਰੁਪਏ ਦੀ ਜੋੜੀ ਲਈ ਹੈ ਬੱਕਰੀਆਂ ਦੀ ਦੂਸਰੀ ਬੱਕਰੀ ਵੀ ਹੋਣੀ ਨਾਲ ਤੇ ਤੁਸੀਂ ਆਹ ਬੰਦਾ ਦਾ ਲਾ ਲਓ ਯਾਰ ਕੀ ਚੀਜ਼ ਮਿਲੀ ਹੈਗੀ ਹੈ 38,000 ਦੋ ਬੱਕਰੀਆਂ ਕੁੱਕੜੀ ਦੀ ਤਰ੍ਹਾਂ ਹੀ ਨੇਗੀਆਂ ਜੇ ਮੁਰਗੀਆਂ ਹੁੰਦੀਆਂ ਮੁਰਗੀਆਂ ਦੇ ਰੇਟ ਮਿਲ ਗਈਆਂ ਅੱਲਾ ਦਾ ਸ਼ੁਕਰ ਹੈ ਬਸ ਕਿਸਮਤ ਹੀ ਸੀਗੀਆਂ ਆਪੂ ਜਾਣ ਮੁਕਦਰਾਂ ਨਾਲ ਹੀ ਮਿਲਦੀਆਂ ਨੇ ਉਹੀ ਹੈਗੀ ਚਲੋ ਕੋਈ ਨਾ ਚੱਲਨੇ ਆ ਬਾਕੀ ਜਿਹੜੀ ਬੱਕਰੀ ਦੁੱਧ ਦਿੰਦੀ ਨਾ ਉਹਦੀ ਇੱਕ ਸਾਈਡ ਸਟੋਰੀ ਵੀ ਹੈਗੀ ਉਹ ਬਾਅਦ ਘਰ ਚੱਲ ਕੇ ਤੁਹਾਨੂੰ ਦੱਸਾਂਗਾ ਸਾਈਡ ਇਫੈਕਟ ਨਹੀਂ ਹੈ ਸਾਈਡ ਸਟੋਰੀ ਹੈਗੀ ਮਤਲਬ ਕਿ ਦੁੱਖੀ ਹੁੰਦੀ ਇੱਕ ਸਟੋਰੀ ਵੀ ਹੈਗੀ ਉਹ ਘਰ ਜਾ ਕੇ ਤੁਹਾਨੂੰ ਸੁਣਾਵਾਂਗਾ ਇੱਕ ਵਾਰੀ ਜਿਹੜਾ ਨਾ ਲੈ ਕੇ ਉਹਨੂੰ ਚੱਲੀਏ ਪਹਿਲੇ ਐਸ ਘਰੋਂ ਬੱਕਰੀਆਂ ਖਰੀਦੀਆਂ ਨੇ ਲੇਕਿਨ ਨਾ ਪਹਿਲੇ ਮੇਰੇ ਜਿਹਾ ਖਾਲੂ ਹੈਗਾ ਉਹਨੂੰ ਨਾਲ ਲਾ ਲਿਆਈਏ ਫਿਰ ਆ ਕੇ ਬੱਕਰੀਆਂ ਜਿਹੜੀਆਂ ਨੇ ਇੱਥੋਂ ਲੋਡ ਕਰਕੇ ਲੈ ਜਾਵਾਂਗੇ ਦੋ ਸਕੂਟਰਾਂ 'ਤੇ ਜਾਣੀਆਂ ਦੋ ਬੱਕਰੀਆਂ ਲੈਣਾ ਮੈਂ ਬਾਈ ਵਾਰੀ ਜੇ ਮਿੱਟੀ ਚੱਕਦੇ ਫਿਰਦੇ ਨੇ ਕਰ ਲਈ ਜ਼ਮੀਨ ਜਿਹੜੀ ਨਾ ਉਹਨਾਂ ਨੇ ਰੌਣੀ ਕੀਤੀ ਹੈਗੀ ਤਾਂ ਇਹਦੇ 'ਚ ਮਿੱਟੀ ਚੱਕ ਕੇ ਲਿਜਾ ਰਹੇ ਚਲੋ ਠੀਕ ਉਦੋਂ ਚੱਲ ਕੇ ਪਹਿਲੇ ਖਾਲੂ ਮੇਰੇ ਨਾਲ ਲਾ ਲਈਏ ਅਤੇ ਫਿਰ ਰਲ ਕੇ ਆਉਂਦੇ ਹਾਂ ਲੈ ਚੱਲਦੇ ਹਾਂ ਪਿੰਡਾਂ ਦੇ ਰਸਤੇ ਬ੍ਰਾਂਡ ਹੁੰਦੇ ਨੇ ਕੁਆਰ ਜਗ੍ਹਾ ਸਾਨੂੰ ਲੈਣਾ ਪੈ ਰਿਹਾ ਖਾਲੇ ਕੱਟੇ ਹੋਣਾ ਇੱਥੋਂ ਅੱਗੇ ਚੋਣ ਰਸਤਾ ਹੈਗਾ ਸਾਹਮਣੇ ਹੀ ਰਿਹਾ ਖਾਲਾ ਮੇਰੀ ਦਾ ਘਰ ਅਤੇ ਚੱਲਣੇ ਆਉਣਾ ਚੱਲ ਕੇ ਪਤਾ ਕਰਨੇ ਹਾਲੀ ਤੱਕ ਉੱਥੇ ਗਏ ਨਹੀਂ ਉਹਨਾਂ ਨੂੰ ਕਿਹਾ ਸੀ ਉੱਥੇ ਸੀ ਆ ਜਾਓ ਲੋਕੇਸ਼ਨ ਉਹਨਾਂ ਨੂੰ ਸਾਰੀ ਦੱਸਦੀ ਆਈ ਲੇਕਿਨ ਹਾਲੀ ਤੱਕ ਆਏ ਨਹੀਂ ਨੇ ਘਰੋਂ ਪਤਾ ਕਰ ਲੈਂਦੇ ਹਾਂ ਕਿਧਰੇ ਗਏ ਹੋਏ ਸੀ ਕੰਮ ਹੀ ਚਲੋ ਕਰ ਲੈਣੇ ਆ ਪਤਾ ਹੁਣ ਜਿਹਨਾਂ ਨੂੰ ਬੱਕਰੀਆਂ ਲੈਣੀਆਂ ਨੇ ਉਹ ਕਹਿਣ ਵੀ ਅਸੀਂ ਰਾਤ ਨੂੰ ਕਦੀ ਜਿੱਤੇ ਨਹੀਂ ਡੋਰ ਦੇ ਸੂਰਜ ਤਾਂ ਗਰੂਬ ਹੋ ਗਿਆ ਵਾਕੇ ਚੱਲ ਦੇਖ ਬੱਚੇ ਦੀ ਦਵਾਈ ਲਵਣ ਗਏ ਤੋਂ ਆਉਣ ਵਾਲੇ ਸੀ ਚਲੋ ਕੋਈ ਆ ਜਾਂਦੇ ਲਓ ਜੀ ਉਹੀ ਹੋਇਆ ਜਿੰਦਾ ਡਰ ਸੀਗਾ ਖਾਲੂ ਹੋਰਾਂ ਦਾ ਨਾ ਮੋਟਰਸਾਈਕਲ ਰਸਤੇ ਪੰਚਰ ਹੋ ਗਿਆ ਇੱਥੋਂ ਦਾ ਪੰਚਰ ਵਗੈਰਾ ਲਵਾਉਣ ਮਸਰੂਫ ਨੇ ਹਾਲੀ ਤੱਕ ਇੱਥੋਂ ਬੜੇ ਦੂਰ ਬੈਠੇ ਨੇਗੇ ਤਕਰੀਬਨ 25 ਕਿਲੋਮੀਟਰ ਸਫ਼ਰ ਬਣਦਾ ਹੈਗਾ ਉਹ ਗਏ ਸੀਗੇ ਸਮੁੰਦਰੀ 'ਚ ਦਵਾਈ ਲਵਣ ਸਮੁੰਦਰੀ 'ਚ 35 ਕਿਲੋਮੀਟਰ ਸਫ਼ਰ ਹੈਗਾ ਅਤੇ ਵਾਪਸੀ 'ਤੇ ਆਉਂਦੇ ਰਸਤੇ ਮੋਟਰਸਾਈਕਲ ਤੋਂ ਨਾ ਪੈਂਚਰ ਹੋ ਗਿਆ ਲੈ ਕੇ ਜਾਣੇ ਨੇ ਇੱਥੋਂ ਉਹਨਾਂ ਦੇ ਕਦਨ ਫਿਰਦੇ ਹੋਣੇ ਨੇ ਉਹਨਾਂ ਨਾਲ ਲਾ ਲੈਣੇ ਖਾਲੂ ਜਿਹੜਾ ਮੇਰਾ ਨਾ ਉਹਦੇ ਇੱਥੇ ਕਦਮ ਸਿੱਧੇ ਹੋਣੇ ਨੇ ਉਹਨਾਂ ਨੂੰ ਕਿਸੇ ਨਾਲ ਲਾ ਲੈਣੇ ਆ ਗਏ ਅਤੇ ਉਹ ਇੱਕ ਮੋਟਰਸਾਈਕਲ 'ਤੇ ਲੈ ਜਾਣਗੇ ਬੱਕਰੀ ਜੇਕਰ ਅਤੇ ਅਸੀਂ ਲੈ ਜਾਵਾਂ ਬੱਕਰੀਆਂ ਵੱਡੀਆਂ ਨੇਗੀਆਂ ਐਵੇਂ ਤਾਂ ਨਹੀਂ ਕਰਦੇ ਜੀ ਦੋਵੇਂ ਲੈ ਜੀ ਨਹੀਂ ਤਾਂ ਦੋਵੇਂ ਲੈ ਜੀ ਅਸਲ ਤਾਂ ਐਨ ਵੱਡੀਆਂ ਮੇਰੇ ਕੋਲ ਕਾਬੂ ਨਹੀਂ ਆਉਣੀਆਂ ਨੇ ਮੈਂ ਕਿਹਾ ਕਿ ਵਪਾਰੀਆਂ ਵਾਂਗੂ ਆ ਗਿਆ ਵਪਾਰੀਆਂ ਵਾਂਗੂ ਅੱਗੇ ਆ ਦੇਖੇ ਦੇਖੇ ਉਤਰ ਗਿਆ ਅੱਬੂ ਜਾਨ ਤੁਹਾਨੂੰ ਮੋਹਰੇ ਵਾਲਾ ਮਸਲਾ ਬਣ ਜਾਣਾ ਫਿਰ ਪਹਿਲੇ ਗੇਅਰ ਕਰ ਆਪਣੇ ਜੀ ਐਪਲ ਵਾਲੇ ਫੋਨ ਦੀ ਬੈਟਰੀ ਹੋ ਗਈ ਖਤਮ ਤੇ ਅੱਬੂ ਜਾਨ ਦਾ ਫੋਨ ਮੈਂ ਫੜਿਆ ਮੈਂ ਕਿਹਾ ਬਾਕੀ ਦਾ ਵਿਲਾ ਕਹਿੰਦੇ ਤੇ ਬਣਾਈਏ ਤੇ ਖਾਲੂ ਮੇਰੇ ਦਾ ਕੋਈ ਰਿਸ਼ਤੇਦਾਰ ਸਾਨੂੰ ਨਹੀਂ ਮਿਲਿਆ ਹਰ ਕੋਈ ਆਪਣੇ ਕੰਮਾਂ ਮਸਰੂਫ ਕੀਤਾ ਸੀ ਅਸੀਂ ਕਿਸੇ ਨੂੰ ਇੰਝ ਕਰਨੇ ਆ ਤੇ ਦੋ ਫੇਰੇ ਬਣਾਈਏ ਪਹਿਲੇ ਕਦੋਂ ਤੇਰਾ ਵਿਲਾਗ ਸਿੱਧਾ ਹੋਇਆ ਉਦੋਂ ਮੰਗੀ ਪੈਣੀ ਕਰਨਾ ਮੇਰੇ ਤੋਂ ਮੇਰਾ ਵਿਲਾਗ ਮੰਗੀ ਪੈਣੀ ਵਾਲਾ ਕੰਮ ਤਾਂ ਫਿਰ ਰਹਿੰਦਾ ਹੀ ਹੈ ਨਾ ਦਰਅਸਲ ਕਦੀ ਕਦੀ ਫਿਰ ਮਸਲਾ ਬਣ ਜਾਵੇ ਫੋਨ ਨੂੰ ਤਾਂ ਅਮਾਂਡੀ ਗਵਾਂਡੀ ਕੋ ਚੀਜ਼ ਮੰਗ ਲੈਣੀ ਚਾਹੀਦੀ ਹੈ ਜ਼ਰੂਰਤ ਹੋਵੇ ਚੀਜ਼ ਦੀ ਹਾਂ ਯਾਰ ਅਮਾਂਡੀ ਗਵਾਂਡੀ ਕੋ ਮੰਗ ਲੈਣੀ ਚਾਹੀਦੀ ਤਾਂ ਨਾ ਮੰਗ ਲੈਣੀ ਚਾਹੀਦੀ ਉਹ ਕਦੇ ਕਦੇ ਹੁੰਦਾ ਚਾਰ ਮਹੀਨੇ ਬਾਅਦ ਇੱਕ ਅੱਧੀ ਵਾਰੀ ਕਿਉਂਕਿ ਫਿਰ ਰੋਜ਼ਾਨਾ ਦੇ ਕੰਮ ਆ ਗਏ ਜਦੋਂ ਵੀ ਬੰਦ ਹੋ ਜਾਂਦਾ ਤੇ ਆਪਾਂ ਤੁਹਾਨੂੰ ਪਤਾ ਨਹੀਂ ਕੀ ਮਸਲਾ ਬਣਿਆ ਬੰਦ ਹੋ ਗਿਆ ਤੇ ਗੱਲ
ਕਰ ਜਾ ਕੋ ਨੂੰ ਚਾਰਜ ਵਗੈਰਾ ਲਾਵਾਂਗਾ ਨਾ ਫਿਰ ਠੀਕ ਹੋ ਜਾ ਦੋਵੇਂ ਚੱਲਦੇ ਆ। ਹਾਂ 30% ਤੇ ਅਚਾਨਕ ਬੰਦ ਹੋ ਗਿਆ, ਉਹਦੇ ਪੁੱਛਣ ਬੈਟਰੀ ਦਾ ਮਸਲਾ ਨੇ, ਬੈਟਰੀ ਵਗੈਰਾ ਦਾ ਬੜਾ ਇਹਨੂੰ ਮਸਲੇ ਨੇ, ਪੈਨਲ ਵਗੈਰਾ ਬੈਟਰੀ ਬੜੇ ਨੇ, ਛੱਡੋ ਉਹ ਸਾਹਮਣੇ ਰਹਿ ਘਰ ਜਿੱਥੋਂ ਬੱਕਰੀਆਂ ਆਪਾਂ ਲੈਣੀਆਂ ਡਿੱਗੀਆਂ ਤੇ ਇੱਕ ਬੱਕਰੀ ਲੈ ਕੇ ਚੱਲਦੇ ਹਾਂ ਪਹਿਲੇ ਪੈਸੇ ਦਿੱਤੇ ਨਾ ਅਸੀਂ ਐਵੇਂ ਤੇ ਬੰਦੇ ਲਾਉਣੇ ਵੱਜੇ ਫਿਰੇ ਆਪਾਂ ਪੈਸੇ ਨੀ ਦਿੱਤੇ ਬੱਕਰੀਆਂ ਦੇ, ਬੱਕਰੀਆਂ ਛਡਾ ਕੇ ਪੈਸੇ ਦਿੱਤੇ ਨੇ ਉਹਨਾਂ ਦੇ ਪੈਸੇ ਕਰਕੇ ਆਉਣਾ ਤੇ ਚਾਹੀਦਾ ਨਾ ਥੋੜੀ ਜਿਹੀ। ਚਲੋ ਦੋਨਾਂ ਬੱਕਰੀਆਂ ਡਿਲੀਵਰੀ ਨਹੀਂ ਹੋ ਦਿੰਦੇ, ਇੱਕ ਤਾਂ ਹਾਂ ਚਲੋ ਪੈਟਰੋਲ ਪਵਾ ਦੇਵਾਂਗੇ ਐਵੇਂ ਕਰ ਲੈਂਦੇ ਆ ਕੇ ਦੋਨਾਂ ਨੂੰ ਕਹਿੰਦੇ ਹਾਂ ਐਵੇਂ ਹੀ ਹੁੰਦਾ। ਚਲੋ ਚੱਲਨੇ ਆ ਮੈਂ ਤੇਰੇ ਖਾਲੂ ਵੀ ਹੁੰਦਾ ਨਾ ਤੁਹਾਨੂੰ ਕੋਈ ਪੈਟਰੋਲ ਪਵਾ ਦੇ। ਹਾਂ ਚਲੋ ਕੋਈ ਨੀ ਦੇਖ ਲੈਣੇ ਆਬੂ ਜਾਣਾ ਕਰ ਜਾਂਦੇ ਠੀਕ ਹੈ, ਜਿੱਦ ਤੇ ਕੀ ਕਰਨੀ ਹੈਗੀ ਲੈ ਚੱਲਨੇ ਆਪਾਂ ਤੇ ਇੱਕ ਲੈ ਚੱਲੀ ਹੈ ਦੇਸੀ ਮੁਰਗਿਆਂ ਦੀ ਫਾਈਟ। ਓਏ ਜ਼ਾਲਮੋ ਨਾ ਲੜੋ ਨਾ ਲੜੋ ਅੱਟ ਜਾਓ ਛੱਡ ਦਿਓ ਪਰਾਂ ਆਪਸ ਲੜਦੇ ਪਏ ਨੇ ਬਾਈ ਬਾਈ ਨੇ ਗੇ ਉਹਨਾਂ ਨੇ ਵਾਕਿਆ ਨੀ ਹਟਣਾ ਹੁਣ ਜੱਫੀ ਪਾਈ ਖੜੇ ਨੇ ਤੇ ਬੰਦਾ ਤਾਂ ਅਸੀਂ ਨਾਲ ਲਿਜਾਵਣ ਲਈ ਮਨਾ ਲਿਆ ਹੈਗਾ, ਬਸ ਉਹਨਾਂ ਦੋਸਤ ਕਿਸੇ ਆਪਣੇ ਨੂੰ ਬੁਲਾਵਣ ਗਿਆ ਇੱਕ ਨਾਲ ਜਾਣ ਪਿੱਛੇ ਬੱਕਰੀ ਪਕੜ ਕੇ ਲੈ ਜਾਵੇਗਾ, ਦੋਨੇ ਬੱਕਰੀਆਂ ਉਹਨੇ ਲੈ ਚੱਲਨੇ ਆਗੇ, ਮੋਟਰਸਾਈਕਲ ਉਹਨੇ ਕੱਢ ਲਿਆ ਬਾਕੀ ਬੱਕਰੀਆਂ ਲੈ ਆਉਂਦੇ ਨੇ ਉਹਨੇ ਬੁਝਾਣ ਉਹਨਾਂ ਨੂੰ ਕਹੋ ਜਲਦੀ ਬੱਕਰੀਆਂ ਲੈ ਆਵਣ ਬੁਝਾਣ ਉਹਨਾਂ ਕਹੋ ਜਲਦੀ ਲੈ ਆਵਣ ਲੋ ਜੀ ਦੋਨੇ ਬੱਕਰੀਆਂ ਆ ਗਈਆਂ ਮਾਸ਼ਾਅੱਲਾ। ਹੁਣ ਇੱਕ ਕਿਹੜੀ ਆਪਾਂ ਲੈ ਚੱਲਣੀ ਅੱਬੂ ਜਾਣ ਤੇ ਕਿਹੜੀ ਪਾਈ ਉਹ ਲੈ ਆਵਾਂ, ਦੇਖ ਲੋ ਜਿਹੜੀ ਜ਼ਿਆਦਾ ਤਰੱਕੜੀ ਆਪਾਂ ਪਕੜ ਲੈਣੀ। ਚਲੋ ਇਹਨਾਂ ਨੂੰ ਚਲੋ ਸਾਰੇ ਰਲ ਮਿਲ ਕੇ ਜਿਵੇਂ ਨਿਕਲਦੇ ਨੇ ਉਵੇਂ ਨਿਕਲ ਆਏ ਨੇ ਤੇ ਬਾਈ ਹੋਰੀ ਇਸ ਮੋਟਰਸਾਈਕਲ ਤੇ ਲਿਜਾਵਣ ਲੱਗੇ ਨੇ ਬੱਕਰੀ ਤੇ ਇਹਨੂੰ ਮੈਂ ਚੱਕ ਕੇ ਵਿੱਚ ਰੱਖਣਾ ਆ ਗਿਆ ਤੇ ਲੈ ਚੱਲੀਏ ਇੱਥੇ ਪਿੱਛੇ ਰੱਖਣਾ। ਚਲੋ ਠੀਕ ਹੋ ਗਿਆ ਉਹ ਜਿਵੇਂ ਬਾਈ ਹੋਰੀ ਰੱਖ ਰਹੇ ਐਵੇਂ ਹੀ ਚੱਕ ਕੇ ਵਿੱਚ ਰੱਖਣਾ ਇੰਜ ਮੈਂ ਹੁਣ ਵੱਲ ਵੀ ਸਿੱਖ ਲਿਆ ਅੱਬੂ ਜਾਣ। ਚਲੋ ਜੀ ਭਾਈ ਸਾਹਿਬ ਬੱਕਰੀ ਇੱਥੇ ਵਿੱਚ ਪਵਾ ਲਈ ਸੀਗੀ ਤੇ ਲੈ ਕੇ ਜਾ ਰਹੇ ਹਾਂ, ਦੂਸਰੇ ਭਾਈ ਹੋਰੀ ਨਾਲ ਲਿਜਾਂਦੇ ਪਏ ਨੇ ਗੇ ਬੰਦ ਕਰ ਬੱਕਰੀ ਡਿੱਗੇਗੀ ਮਾਮਾ ਨਹੀਂ ਡਿੱਗਦੀ ਨਹੀਂ ਆਪਣੀ ਮਾਰੇਗੀ ਬੰਦ ਕਰ ਕੈਮਰਾ ਬੰਦ ਕਰ ਕੈਮਰਾ ਬੰਦ ਕਰ ਤੇ ਬੱਕਰੀਆਂ ਲੈ ਕੇ ਜੀ ਅਸੀਂ ਘਰ ਆ ਗਏ ਸੀ ਤੇ ਮਾਸ਼ਾਅੱਲਾ ਇਸ ਰੂਮ ਦੇ ਅੰਦਰ ਜਿਹੜੀ ਇਹਨਾਂ ਚਾਰੇ ਬੱਕਰੀਆਂ ਬੰਨੀਆਂ ਹੋਈਆਂ ਨੇ ਗੀਆਂ ਅਸੀਂ ਦੇਖੋ ਕਿੰਨੀਆਂ ਪਿਆਰੀਆਂ ਬੱਕਰੀਆਂ ਮਿਲ ਗਈਆਂ ਭਾਈ ਸਾਹਿਬ 38,000 ਰੁਪਏ ਦੀ ਜੋੜੀ ਬੱਕਰੀਆਂ ਦੀ ਤੇ ਨਸਲੀ ਬੱਕਰੀਆਂ ਕਿੰਨੀਆਂ ਪਿਆਰੀਆਂ ਨੇ ਗੀਆਂ ਇਹਦੀ ਤੱਖਾਂ ਹੀ ਚਮਕ ਰਹੀਆਂ ਨੇ ਗੀਆਂ ਕੰਨ ਦੇਖੋ ਸੀ ਇਹਨਾਂ ਕਿੰਨੇ ਕਿੰਨੇ ਨੇ ਗੇ ਤੇ ਇਹ ਜੀ ਬੱਕਰੀ ਇਹਦੀ ਸੈਡ ਸਟੋਰੀ ਹੈਗੀ ਤੁਹਾਨੂੰ ਦੱਸਿਆ ਸੀ ਉੱਥੇ ਵੀ ਤੇ ਉਹ ਤੁਹਾਨੂੰ ਨਾ ਸੁਣਾਵਾਂਗੇ ਇਹਦੇ ਥੱਲੇ ਦੁੱਧ ਹੈਗਾ ਦੁੱਧ ਵੀ ਜਿਹੜਾ ਨਾ ਦਿੰਦੀ ਹੈ ਜੀ ਤੇ ਐਸੇ ਉਹ ਸਟੋਰੀ ਬੜੀ ਲੰਮੀ ਚੌੜੀ ਹੈਗੀ ਮੈਂ ਤੇ ਕਹਿੰਦਾ ਮੈਂ ਜਾਣ ਸੁਬਹਾ ਉੱਠਦਿਆਂ ਲਾਓ ਪਹਿਲੇ ਸਟੋਰੀ ਸੁਣਾਵਾਂਗਾ ਉਸ ਤੋਂ ਬਾਅਦ ਬਾਕੀ ਕੰਮ ਕਰਾਂਗੇ ਸੁਬਹਾ ਹੀ ਸੁਣਾਵਾਂਗਾ ਵਿਲਾਗ ਜਿਹੜਾ ਐਸੇ ਦੇ ਵਿੱਚ ਤੁਸੀਂ ਨਾ ਸੁਬਹਾ ਦੇਖਿਆ ਜੇ ਹੁਣ ਮੈਂ ਥੱਕਿਆ ਬਹੁਤ ਜ਼ਿਆਦਾ ਖੜਾ ਆ ਗਿਆ ਤੇ ਮੈਂ ਸੋਚ ਰਿਹਾ ਸੋ ਜਾਂਦਾ ਆ ਗਿਆ ਸੁਬਹਾ ਇਨਸ਼ਾਅੱਲਾ ਤਾਲਾ ਮਿਲਣੇ ਆ ਗਿਆ ਫਿਰ ਉੱਠਦਿਆਂ ਲਾ ਕੇ ਸੁਬਹਾ ਫਸਟ ਟਾਈਮ ਇਹਦਾ ਯਾਰ ਦੁੱਧ ਹੈਗਾ ਉਹ ਵੀ ਤੁਹਾਨੂੰ ਚੋ ਕੇ ਦਿਖਾਵਾਂਗੇ ਬੱਕਰੀ ਨੂੰ ਸੁਬਹਾ ਦੁੱਧ ਹੀ ਦੇਣਾ ਫਸਟ ਟਾਈਮ ਤੇ ਸਟੋਰੀ ਮੁਕੰਮਲ ਤੁਹਾਨੂੰ ਸੁਣਾਵਾਂਗੇ ਬਹੁਤ ਦੁਖੀ ਸਟੋਰੀ ਵਿਚਾਰੀ ਦੀ ਬਹੁਤ ਹੀ ਯਕੀਨਨ ਮੈਂ ਮਜ਼ਾਕ ਨਹੀਂ ਕਰ ਰਿਹਾ ਰੀਅਲੀ ਬਹੁਤ ਦੁਖੀ ਸਟੋਰੀ ਹੈਗੀ ਹਾਂਜੀ। ਗੁੱਡ ਮਾਰਨਿੰਗ ਜੀ ਵੈਲਕਮ ਬੈਕ ਦਿਨ ਹੋ ਗਿਆ ਹੈਗਾ ਤੇ ਅੱਬੂ ਜਾਨ ਜਿਹੜੇ ਸੁਬਹਾ ਉੱਠਦੇ ਹਨ ਇਹ ਵੀ ਬਹੁਤ ਬੇਤਾਬ ਸੀਗੇ ਤੇ ਮੈਂ ਵੀ ਜਿਵੇਂ ਉੱਠਿਆ ਮੈਂ ਅੱਬੂ ਜਾਨ ਨੂੰ ਕਿਹਾ ਹੈਗਾ ਪਹਿਲੇ ਆਪਾਂ ਬੱਕਰੀ ਦੇ ਦੁੱਧ ਕੱਢੀਏ ਤੇ ਉਸ ਤੋਂ ਬਾਅਦ ਜਿਹੜਾ ਨਾ ਬਾਕੀ ਕੰਮ ਕਰਾਂਗੇ। ਅੱਬੂ ਜਾਨ ਇਸ਼ਾਰਾ ਬਣਾਉਣ ਜਾਣ ਲੱਗੇ ਸੀ ਪਹਿਲੇ ਨਾ ਬੱਕਰੀ ਚੋਵਣ ਬਹਿ ਗਏ ਨੇ
ਵੈਸੇ ਅੱਬੂ ਜਾਨ ਬੱਕਰੀ ਘੱਟ ਤੇ ਮੱਝ ਜ਼ਿਆਦਾ ਲੱਗਦੀ ਪਈ, ਤਿੰਨ ਜਣਿਆਂ ਨੇ ਤੁਸੀਂ ਕਾਬੂ ਕੀਤਾ। ਮੇਰਾ ਸਾਲ ਨਵੀਂ ਨਵੀਂ ਹੈ ਨਾ ਘਰ ਆਈ, ਤੇ ਵੈਸੇ ਵੀ ਇਹਦੀ ਤੁਹਾਨੂੰ ਸਟੋਰੀ ਮੈਂ ਸੁਣਾਉਣਾ। ਵੈਸੇ ਰਾਤ ਨਾਲ ਅਸੀਂ ਸੋਚਦੇ ਹੋ ਕੇ ਅਸਾਂ ਜਿਹੜਾ ਨਾ ਸਾਨੂੰ ਇੰਤਜ਼ਾਰ ਰੱਖਿਆ ਹੋਇਆ ਕਿ ਇਹਦੀ ਸੈਡ ਸਟੋਰੀ ਹੈਗੀ, ਤੇ ਦੁੱਧ ਜਿਹੜਾ ਹੈਗਾ ਉਹਨਾਂ ਨੇ ਤਾਂ ਗਰੰਟੀ ਦਿੱਤੀ ਹੈਗੀ ਤਕਰੀਬਨ ਨਾ ਕਿਲੋ ਹੋਵੇਗਾ, ਹੁਣ ਦੇਖਣੇ ਆ ਸਮਝਣ। ਇਹ ਦੁੱਧ ਦਾ ਹੀ ਫਾਇਦਾ ਹੋ ਗਿਆ ਹੈਗਾ ਜਿਹੜਾ ਅਸੀਂ ਜੂਸ ਬਣਾਉਂਦੇ ਹੁਣ ਠੰਡਾ ਦੁੱਧ। ਹਾਂ ਇਹ ਹੈਪੇਟਾਈਟਿਸ ਸੀ ਨੂੰ ਬਹੁਤ ਅੱਛਾ ਹੈਗਾ, ਇਹਦੇ ਜੂਸ ਬਣਾ ਲਿਆ ਕਰਿਆ ਜੇ, ਇਹ ਐਵੇਂ ਹੀ ਪੀਂਦੇ ਰਹੋ ਤੇ ਅੱਛਾ ਹੈਗਾ, ਜੂਸ ਦੀ ਜ਼ਰੂਰਤ ਹੀ ਨਹੀਂ ਆਈ। ਇਸ ਦੁੱਧ ਦੇ ਵਿੱਚ ਨਾ ਅਸਾਂ ਅੱਧਾ ਕਿਲੋ ਦੁੱਧ ਦੇ ਵਿੱਚ 4 ਕਿਲੋ ਪਾਣੀ ਮਿਲਾਇਆ ਜਾਵੇ ਫਿਰ ਹੀ ਗਾੜਾ ਰਹਿੰਦਾ। ਨਹੀਂ ਇਹ ਖਾਲਸ ਦੁੱਧ ਜਿਹੜਾ ਫਿਰ ਉਹਦੇ ਨਾਲ ਤਾਂ ਕਿਆ ਬਾਤ ਹੈ, ਉਦੋਂ ਆਪਣੇ ਠੀਕ ਹੈ ਅੱਛੀ ਚੀਜ਼ ਹੈ ਜਿਹੜਾ ਇਹ ਮਿਲਕ ਅੱਛਾ ਹੈਗਾ ਦੂਸਰੇ ਨੂੰ। ਹਾਂ ਕਮਲ ਹੋ ਗਿਆ ਸਰ। ਲੋ ਜੀ ਭਾਈ ਇਤਨਾ ਹੀ ਦੁੱਧ, 1 ਕਿਲੋ ਕਿਲੋ ਤੋਂ ਜ਼ਿਆਦਾ ਥੋੜਾ ਜ਼ਿਆਦਾ ਹੈ। ਹਾਂ ਅੱਧੇ ਕਿਲੋ ਨੂੰ ਕਿਲੋ ਤਿੰਨ ਇੱਕ ਪਾਈ ਹੈਗਾ ਮਾਸ਼ਾਅੱਲਾ, ਫਰੈਸ਼ ਬੱਕਰੀ ਦਾ ਦੁੱਧ ਹੈ। ਸਵੇਰ ਵੀ ਨਾ ਸ਼ਾਮ ਨੂੰ ਮੁੱਕਦੇ ਹੀ। ਹਾਂ ਤੇ ਹੁਣ ਜੀ ਇਹਦੀ ਤੁਹਾਨੂੰ ਜਿਹੜੀ ਨਾ ਸੈਡ ਸਟੋਰੀ ਸੁਣਾਉਣਾ। ਦਰਅਸਲ 4 ਕਿਲੋ ਦਿੰਦੀਆਂ ਨਾ ਦੁੱਧ ਅਸਾਂ, ਉਹ ਤਕਰੀਬਨ 60,000 ਦੀ ਪੈਂਟ ਦਾ ਵੀ ਆਉਂਦੀ ਹੈ, ਜਿਸ ਤਰੀਕੇ ਹੁਣ 20,000 ਦੀ ਥੋੜੀ ਆਉਂਦੀ ਜਿਵੇਂ ਕਰਮ ਵਾਲੀ 20,000 ਦੀ। ਕਿਉਂ ਸੁਣਾ ਮਾਸ਼ਾਅੱਲਾ ਨਸਲੀ ਬੱਕਰੀ ਸੀ, ਕੰਨ ਉਹਦੇ ਵੇਖੋ ਕਿੰਨੇ ਵੱਡੇ ਵੱਡੇ ਨੇ, 20,000 ਰੁਪਏ ਦੀ ਬੱਕਰੀ ਹੈ, ਆਪਾਂ ਨੂੰ ਇਹ ਤੇ 18,000 ਰੁਪਏ ਦੀ ਆ ਲਈ ਆਈ ਹੈ, ਟੈਡੀ ਨਸਲ ਦੀ ਹੈਗੀ, ਇਹਦੇ ਕੰਨ ਤਾਂ ਛੋਟੇ ਨੇਗੇ, ਤੇ ਇਹਦੀ ਸੀ ਗਰਦਨ ਤੋਂ ਦੇਖੋ ਗਰਦਨ ਇੰਨੀ ਕਿੱਡੀ ਲੰਬੀ ਹੈਗੀ, ਤੇ ਫੇਸ ਵੱਲੋਂ ਪਤਾ ਚੱਲ ਜਾਂਦਾ ਨਸਲੀ ਹੈਗੀ। ਲੇਕਿਨ ਨਾ ਇਹਦੇ ਬੱਚੇ ਵੀ ਸੀਗੇ, ਕਹਿੰਦੇ ਪਏ ਸੀ ਬੱਚੇ ਜਿਹੜੇ ਨੇ ਕਾਫੀ ਵੱਡੇ ਵੱਡੇ ਸੀ, ਲੇਕਿਨ ਨਾ ਇੱਕ ਇਹਨਾਂ ਦਾ ਬੱਚਾ ਜਿਹੜਾ ਬਾਹਰ ਘਰ ਤੋਂ ਨਿਕਲਿਆ ਹੈਗਾ ਕਿਧਰੇ ਚੋਰੀ ਹੋ ਗਿਆ, ਤੇ ਇੱਕ ਉੱਥੇ ਬਾਹਰ ਅੱਗੇ ਘਰ ਦੇ ਉਹ ਕਹਿੰਦੇ ਪਏ ਸੀ ਕੋਈ ਨਾ ਸਪਰੇ ਉਹਨਾਂ ਨੇ ਕੀਤਾ ਹੋਇਆ ਸੀਗਾ, ਕਈ ਨੂੰ ਸਪਰੇ ਕੀਤੀ ਹੋਈ ਸੀ ਤਾਂ ਹਾਂ ਤੇ ਚਾਰ ਲਈ ਥੋੜੀ ਜਿਹੀ ਤੇ ਬਸ ਉਹ ਮਾਰ ਗਿਆ ਵਿਚਾਰੇ ਦਾ, ਦੋਨੇ ਦੇ ਜੇ ਬੱਚੇ ਨੇ ਦੇ ਜੁਦਾ ਹੋ ਗਏ ਨੇ, ਇਹਦੀ ਬਹੁਤ ਸੈਡ ਸਟੋਰੀ ਹੈਗੀ ਜਿਹੜੀ ਤੁਹਾਨੂੰ ਮੈਂ ਕੱਲ ਲਾ ਦੇ ਪੈਂਡਿੰਗ ਰੱਖੀ। ਹਾਂ ਹੁਣ ਬੱਚੇ ਤਾਂ ਨਹੀਂ ਗਏ, ਉਹ ਜਿਹੜੇ ਨਿਕਲੇ ਖੜੇ ਸੀਗੇ ਕੱਲ ਉਹ ਕਹਿੰਦੇ ਪਏ ਨੇ ਇਹਨੂੰ ਚੁੱਗ ਲੈਂਦੇ ਨੇ, ਇਹ ਵੀ ਉਹਨਾਂ ਨਾਲ ਖੁਸ਼ ਰਹਿੰਦੀ ਸੀ ਤੇ ਕੱਲ ਲਾ ਦੀ ਹੋਰ ਜ਼ਿਆਦਾ ਦੁਖੀ ਹੋ ਗਈ ਹੋਣੀ, ਬੱਚੇ ਹੀ ਨਾਲ ਦੇ ਨਹੀਂ ਉਹ ਵਾਲੇ ਵੀ। ਚਲੋ ਕੋਈ ਨਾ, ਬਾਕੀ ਮਾਸ਼ਾਅੱਲਾ ਬੱਕਰੀ ਬਹੁਤ ਪਿਆਰੀ, ਸਾਰੀਆਂ ਬੱਕਰੀਆਂ ਨੂੰ ਜ਼ਿਆਦਾ ਪਿਆਰੀ ਅੱਬੂ ਜਾਨੇ ਬੱਕਰੀ ਹੈਗੀ, ਵੈਸੇ ਤਾਂ ਨਹੀਂ ਗੀ ਆਪਣੀ ਜਗ੍ਹਾ ਤੇ, ਇਹ ਵੀ ਪਿਆਰੀਆਂ ਨੇ ਲੇਕਿਨ ਪਿਆਰੀ ਇਹ ਵੀ ਬਹੁਤ ਹੈਗੀ, ਖਾਲਸ ਦੇਸੀ ਹੈਗੀ ਤੇ ਖਾਲਸ ਦੇਸੀ ਹੈ ਤੇ ਉਹ ਟੈਡੀ ਤੋਂ ਬਾਹਲੀ ਵੀ ਉਹ ਵੀ ਟੈਡੀ ਤੇ ਇਹ ਵੀ ਟੈਡੀ ਸੱਚੀ ਜੀ ਹੈ, ਮੈਨੂੰ ਰਾਤੀ ਦੱਸਿਆ ਜਿੰਦੋ ਆਪਾਂ ਲਈਆਂ ਨੇ, ਉਹ ਕਹਿੰਦਾ ਹਾਲੇ ਤੱਕ 6 ਮਹੀਨਿਆਂ ਬਾਅਦ ਬੱਕਰੀ ਬਣਨੀ ਹੈ, ਫਿਰ ਇਹਨੇ ਮਤਲਬ ਨਹੀਂ ਕੰਨਾਂ ਨੂੰ ਇਹਦੇ ਲਈ ਪਤਾ ਲੱਗਦਾ, ਕੰਨ ਜਿਹੜੇ ਹੁੰਦੇ ਨੇ ਦੇਸੀਆਂ ਦੇ ਵੱਡੇ ਹੁੰਦੇ ਨੇ, ਕਹਿੰਦਾ ਬੱਚਾ ਸਿਰਫ ਹਾਲੇ ਤੱਕ ਸਿਰਫ 3 ਮਹੀਨਿਆਂ ਦਾ, ਕਹਿੰਦਾ ਸਾਲ ਬਾਅਦ ਇਹਨੇ ਬਣਨਾ ਹੈਗਾ, ਸਾਲ ਤੋਂ ਪਹਿਲੇ ਮਤਲਬ ਬੱਚੇ ਦੇਣਗੇ। ਅੱਛਾ ਅੱਛਾ ਅੱਛਾ, ਉਦੋਂ ਆਪਾਂ ਨੂੰ ਦੇਵਣ ਲੱਗੇ ਉਹਨਾਂ ਨੇ ਕਿਹਾ ਬੱਚੇ ਹੀ ਦੇਵਣ ਵਾਲੀ ਹੋਏ ਹੋਵੇਗਾ ਮਾਸ਼ਾਅੱਲਾ। ਅੱਛਾ ਅੱਛਾ, ਉਹ ਤਾਂ ਆਪਾਂ ਇਨਸ਼ਾਅੱਲਾ ਤਾਂ ਸੰਭਦੇ ਰਹਿਣਾ ਹੈਗਾ। ਵੇਖੋ ਨਾ ਇਹਨਾਂ ਕੋਲ ਘਾਸ ਤਾਂ ਖੁੱਲਾ ਪਿਆ ਹੋਇਆ ਲੇਕਿਨ ਇਹ ਸੁੱਕ ਗਿਆ, ਹੁਣ ਨਵਾਂ ਲੈਵਣ ਜਾਵਣ ਲੱਗੇ ਨਮੀ ਅੱਬੂ ਦੋਨੇ ਨਾ। ਹਾਂ ਉਹਨੇ ਲੈ ਕੇ ਆਉਂਦੇ ਨੇ ਹੋਰ ਘਾਸ, ਅੰਮੀ ਤੇ ਅੱਬੂ ਜਾਵਣ ਲੱਗੇ ਨੇਗੇ ਬੱਕਰੀਆਂ ਲਈ ਕੋਈ ਚਾਰਾ ਵਗੈਰਾ ਲਵਣ, ਤੇ ਬਾਕੀ ਨਾ ਮਾਸ਼ਾਅੱਲਾ ਇੱਥੇ ਪੇਠਿਆਂ ਦੀ ਵੱਲਾਂ ਜਿਹੜੀਆਂ ਉਹ ਬੜੀਆਂ ਗਰੋਹ ਕਰ ਰਹੀਆਂ, ਕੁਰਬਾਨੀ ਜਾਨਵਰਾਂ ਦਾ ਜਾਂ ਖੂਨ ਸੀ ਨਾ ਉਹ ਇਹਨਾਂ ਨੂੰ ਥੱਲੇ ਪਾਇਆ ਸੀਗਾ, ਤੇ ਉਹਨੇ ਨਾ ਮਾਸ਼ਾਅੱਲਾ ਨਾ ਬੜੀ ਗਰੋਹ ਕਰ ਰਹੀਆਂ ਨੇ, ਤੁਸੀਂ ਚੈੱਕ ਕਰੋ। ਪਹਿਲੇ ਮੁਰਝਾ ਗਈਆਂ ਸੀਗੀਆਂ ਜਿਵੇਂ ਗਰਮੀ ਹੁੰਦੀ ਨਾ, ਹੁਣ ਤਾਂ ਪਹਿਲੇ ਨਾ ਜ਼ਿਆਦਾ ਗਰਮੀ ਹੁੰਦੀ ਉਹਨੇ ਮੁਰਝਾਉਂਦੀਆਂ, ਪਹਿਲੇ ਗਰਮੀ ਦੀ ਵਜ੍ਹਾ ਮੁਰਝਾਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ, ਤੇ ਇਹਨਾਂ ਪੇਠੇ ਵੀ ਇਨਸ਼ਾਅੱਲਾ ਤਾਂ ਲੱਗਣਗੇ, ਉਹ ਮਿਹਨਤ ਹੈਗੀ। ਥੱਲੇ ਤਾਂ ਕਾਫੀ ਜਿਹੜਾ ਦਾਂਬੜ ਮਚਿਆ ਪਿਆ, ਉੱਤੇ ਥੱਲੇ ਨਿਰੀਆਂ ਹੋ ਜਾਂ ਪਈਆਂ ਨੇ, ਕੋਈ ਪਤਾ ਨਹੀਂ ਇੱਥੇ ਕਿਤੇ ਲੱਗਿਆ ਵੀ ਹੋਵੇ ਛੋਟਾ ਮੋਟਾ ਬੈਠਾ ਤਾਂ। ਕੋਈ ਨਾ ਹਾਲੀ ਤੱਕ ਇਹਨਾਂ ਨੇ ਇੱਥੇ ਖਿੱਲਰ ਲੈਣ ਦੋ, ਉਸ ਤੋਂ ਬਾਅਦ ਫਿਰ ਇੱਕ ਦਿਨ ਇਨਸ਼ਾਅੱਲਾ ਤਾਲਾ ਥੱਲੋਂ ਚੈੱਕ ਕਰਾਂਗੇ, ਅਗਰ ਕੋਈ ਵੱਡਾ ਪੇਠਾ ਲੱਗਿਆ ਹੋਇਆ ਤਾਂ। ਇੱਕ ਵਾਰੀ ਖਿਲਰਦੀਆਂ ਨੇ ਇੱਥੇ,
ਪਾਣੀ ਵਗੈਰਾ ਜਿਹੜਾ ਉਹ ਵੀ ਇਹਨਾਂ ਨੂੰ ਮੈਂ ਘੱਟ ਵੱਧ ਹੀ ਲੈਣਾ ਆ ਗਿਆ। ਬਾਹਰ ਫਰਸ਼ ਨਹੀਂ ਧੋਤਾ ਬੜੇ ਦਿਨ ਹੋ ਗਏ ਨੇਗੇ, ਦੁਕਾਨ ਵੀ ਖਲਦਾ ਦਿਨ ਸਾਰਾ ਨਹੀਂ ਖੋਲ੍ਹੀ ਹੈਗੀ, ਮਸਰੂਫ ਯਾ ਤੁਰਾ ਪਰ ਦੁਕਾਨ ਸਮਾਨ ਵੀ ਨਹੀਂ ਪਿਆ, ਦੁਕਾਨ ਸਮਾਨ ਜਿਹੜਾ ਹੈਗਾ ਉਹ ਵੀ ਲੈਣ ਆਉਂਦੇ, ਉਦੋਂ ਸਫਾਈ ਵਗੈਰਾ ਵੀ ਕਰਨੀ ਇਨਸ਼ਾਅੱਲਾ ਤਾਂ ਦੇਖਣੇ ਆ। ਅਤੇ ਸੱਚ ਤੁਹਾਨੂੰ ਇਹ ਤਾਂ ਮੈਂ ਦੱਸਣਾ ਹੀ ਭੁੱਲ ਗਿਆ ਕਿ ਆਪਣੀ ਜਿਹੜੀ ਆ ਕਿਆਰੀ ਹੈਗੀ ਇਹਦੇ ਗੱਡਣ ਲਈ ਬੀਜ ਵੀ ਆਇਆ ਪਿਆ ਹੈਗਾ। ਬੀਜ ਕੀ ਚੀਜ਼ ਦਾ ਅੱਛੀ ਅੰਦਾਜ਼ਾ ਕਰਕੇ ਦੱਸਣਾ, ਲੇਕਿਨ ਸੁਬਾਹ ਉਹ ਗੱਡਾਂਗੇ ਇਹਦੇ 'ਚ ਮਿੱਟੀ ਪਾ ਕੇ, ਮਿੱਟੀ ਦਰਅਸਲ ਚੱਕਣੀ ਪੈਣੀ ਆ ਜ਼ਮੀਨ 'ਚ, ਉੱਤੇ ਇਹਦੇ ਚਾਲੀ ਦੀ ਚਾਰਾ ਵਗੈਰਾ ਗੱਡਿਆ ਪਿਆ। ਇੱਥੋਂ ਉਰਲੀ ਸਾਈਡ ਤੋਂ ਕੋਈ ਦੇਖਣਾ ਇਹ ਖਾਲੀ ਜਗ੍ਹਾ ਹੋਈ ਨਾ, ਇੱਥੋਂ ਕਿਧਰੋਂ ਮਿੱਟੀ ਚੱਕ ਲਵਾਂਗੇ ਇਸ ਜਗ੍ਹਾ ਤੋਂ, ਇੱਥੇ ਕੋਈ ਨਹੀਂ ਚਾਰਾ ਹੈਗਾ, ਦੇਖਣੇ ਆ ਨਾ ਚੱਲ ਬਾਹਰ ਮਿੱਟੀ ਪਾ ਕੇ ਸੁਬਾਹ ਚਾਰ ਹਾਲਤ 'ਚ ਗੜਨੇ ਆ ਬੀਜ, ਅਤੇ ਫਿਰ ਫਲਾਵਰ ਹੀ ਹੋਣੇ ਨੇ। ਫਲਾਵਰ ਕੀ ਚੀਜ਼ ਦੇ ਨੇਗੇ ਅਸੀਂ ਦੱਸਣਾ ਹੈਗਾ, ਬੀਜ ਇਕੱਠਾ ਹੈਗਾ ਸ਼ੋਪਰ ਭਰਿਆ ਹੋਇਆ, ਅਤੇ ਸਾਰੇ ਹੀ ਇੱਥੇ ਗੜ ਦੇਣੇ ਨੇਗੇ ਇਨਸ਼ਾਅੱਲਾ ਤਾਲਾ, ਉਮੀਦ ਉੱਗ ਜਾਣਗੇ। ਵੈਸੇ ਅਗਰ ਨਰਸਰੀ ਕਿਤੇ ਚੱਕਰ ਵਗੈਰਾ ਲੱਗਿਆ ਤਾਂ ਉਦੋਂ ਗੁਲਾਬ ਦੇ ਫੁੱਲ ਵਗੈਰਾ ਜਿਹੜੇ ਨੇ ਇਸ ਤਰ੍ਹਾਂ ਦੇ ਹੋਰ ਵੀ ਬੜੇ ਫੁੱਲ ਵਗੈਰਾ ਲੈ ਆਉਂਦੇ ਕਰਾਂਗੇ। ਇੱਥੇ ਅੱਗੇ ਫਲਦਾਰ ਪੌਦੇ ਵੀ ਲਾਵਾਂਗੇ ਇੱਕ ਦੋ, ਜਿਵੇਂ ਕਿ ਉਰਲੀ ਨੁੱਕਰ 'ਤੇ ਹੋ ਗਿਆ, ਇੱਥੇ ਕਰਕੇ ਅਮਰੂਦ ਦਾ ਇੱਕ ਬੂਟਾ ਹੋ ਜਾਵੇਗਾ, ਇੱਥੇ ਵਿੱਚ ਆੜੂ ਦਾ, ਅੱਗੇ ਹੋਰ ਕੋਈ ਲਾ ਲਵਾਂਗੇ ਫਲਦਾਰ। ਇਸ ਤਰ੍ਹਾਂ ਨਾ ਦੋ ਤਿੰਨ ਤਰ੍ਹਾਂ ਦੇ ਇਹਨਾਂ ਵੱਡੇ ਵੱਡੇ ਹਾਈਟ ਵਾਲੇ ਪੌਦੇ ਵੀ ਲੈ ਆਵਾਂਗੇ, ਪਿਆਰੇ ਲੱਗਣਗੇ ਵਿੱਚ ਖੜ੍ਹੇ ਹੋਏ ਇੱਥੇ। ਫਿਰ ਪਿੱਛੇ ਆ ਜਿਹੜੀ ਬਾਉਂਡਰੀ ਹੈਗੀ ਇਹਦੇ 'ਤੇ ਰਹਿ ਜਾਵੇ ਗ੍ਰਿਲ ਮਾਵਣ ਵਾਲੀ, ਇਹ ਵੀ ਇਨਸ਼ਾਅੱਲਾ ਤਾਲਾ ਲਵਾ ਲਵਾਂਗੇ ਬਾਅਦ 'ਚ, ਲੇਕਿਨ ਪਹਿਲੇ ਇੱਥੇ ਕਿਆਰੀ ਦੇ ਵਿੱਚ ਜਿਹੜਾ ਪੌਦੇ ਵਗੈਰਾ ਲਾਵਾਂਗੇ। ਇਹ ਜਿਹਾ ਕਾਊਂਟਰ ਰਿਪੇਅਰ ਕੀਤਾ ਸੀਗਾ, ਇਹਦੀ ਵੀ ਅੰਦਰ ਸੈਟਿੰਗ ਕਰਨੀ, ਦੁਕਾਨ 'ਚ ਰੱਖਣਾ ਹੈਗਾ ਇਹਦੀ ਸਫਾਈ ਵਗੈਰਾ ਕਰਕੇ, ਇਹ ਵੀ ਇਨਸ਼ਾਅੱਲਾ ਤਾਲਾ ਦੇਖਣੇ ਆਵਾਂਗੇ। ਹੁਣ ਤਾਂ ਗਰਮੀ ਬਹੁਤ ਜ਼ਿਆਦਾ ਹੈਗੀ, ਹੁਣ ਤਾਂ ਰੱਖਿਆ ਜਾਣਾ। ਅਤੇ ਸੱਚ ਕੱਲ੍ਹ ਦੋ ਤਿੰਨ ਵੀਵਰਾਂ ਦੇ ਨਾਲ ਕਮੈਂਟ ਆਇਆ ਹੋਇਆ ਸੀ, ਮੈਂ ਕਿ ਉਹਨਾਂ ਦਾ ਥੋੜ੍ਹਾ ਜਵਾਬ ਦੇ ਦੇਵਾਂ। ਕੁਛ ਮੇਰੇ ਵੀਵਰ ਜਿਹੜੇ ਕਹਿ ਰਹੇ ਨੇਗੇ ਕਿ ਅਸਾਂ ਤੁਸੀਂ ਬੱਕਰੀਆਂ ਜਿਹੜੀ ਨਾ ਕੁਛ ਦਿਨਾਂ ਤੱਕ ਸੇਲ ਕਰ ਦੇਣੀ, ਦਰਅਸਲ ਅਗਰ ਅਸੀਂ ਸੇਲ ਕਰਨੀ ਹੁੰਦੀ ਤੁਸੀਂ ਲੈਂਦੇ ਕਿਉਂ, ਸਿਰਫ ਕੰਟੈਂਟ ਬਣਾਵਾਂ ਦੇ ਪਿੱਛੇ ਕਿ ਵੀਡੀਓ ਬਣਦੀ ਰਹੇਗੀ ਨਾ, ਇਹ ਅਗਰ ਲਈਆਂ ਨੇਗੀਆਂ ਤਾਂ ਇਨਸ਼ਾਅੱਲਾ ਤਾਲਾ ਅਸੀਂ ਦੇਖਿਆ ਜੇ ਇਹਨਾਂ ਦੇ ਅੱਗੇ ਬੱਚੇ ਆਉਣਗੇ ਇਹ ਵਧਣਗੀਆਂ, ਇਹਨਾਂ ਦੇ ਬਾਅਦ ਇੱਕ ਜਗ੍ਹਾ ਪ੍ਰੋਪਰ ਬਣ ਜਾਵੇ। ਅਤੇ ਜਗ੍ਹਾ ਦਾ ਵੀ ਕੱਲ੍ਹ ਕਾਫੀ ਵੀਵਰ ਜੇ ਇਹਨਾਂ ਮੈਨੂੰ ਕਹਿ ਰਹੇ ਸੀਗੇ ਹਸਨ ਤੁਸੀਂ ਨਾ ਛੱਤ ਇਹਨਾਂ ਲਈ ਇੱਕ ਕੇਵਿਜ ਬਣਵਾਓ, ਔਰ ਜਿਸ ਤਰ੍ਹਾਂ ਮੈਂ ਪਹਿਲੇ ਕਹਿੰਦਾ ਹੁੰਦਾ ਨਾ ਕਿ ਮੈਂ ਪਰਿੰਦੇ ਵਗੈਰਾ ਰੱਖਣ ਲਈ ਵੱਡੇ ਵੱਡੇ ਉਹ ਜਾਲੀ ਵਾਲੇ ਕਮਰੇ ਨਵਾਂ ਬਣਵਾਉਣੇ ਨੇਗੇ ਉਸ ਛੱਤ 'ਤੇ, ਉਹ ਕਹਿੰਦੇ ਨੇਗੇ ਕਿ ਉਸ ਛੱਤ 'ਤੇ ਇੱਕ ਨੁੱਕਰ 'ਤੇ ਬਣਵਾ ਲਓ, ਤਾਂ ਉੱਥੇ ਛੱਤ 'ਤੇ ਇਹਨਾਂ ਰੱਖੋ, ਇੱਥੇ ਘਰ ਜੇ ਬਦਬੂ ਆਵੇ ਗੰਦਾ ਹੋ ਜਾਵੇਗਾ ਘਰ। ਉਹ ਗੱਲ ਤਾਂ ਐਵੇਂ ਹੀ ਹੈਗੀ, ਲੇਕਿਨ ਹਾਲੇ ਤੱਕ ਅਗਰ ਉਸ ਛੱਤ 'ਤੇ ਸਾਰਾ ਕੁਛ ਕੰਮ ਸ਼ੁਰੂ ਕਰਾਇਆ ਜਾਵੇ ਨਾ, ਉਸ ਤੋਂ ਪਹਿਲੇ ਇਹ ਛੱਤਾਂ ਦੀ ਜਿਹੜੀ ਨਾ ਦੋਨਾਂ ਕਮਰਿਆਂ ਦੀ ਛੱਤਾਂ ਪਵਾਉਣੀਆਂ ਪੈਣੀਆਂ ਸਾਨੂੰ। ਅਤੇ ਪਹਿਲੇ ਤਾਂ ਪਰਲੇ ਕਮਰੇ ਦੀ ਅਸੀਂ ਛੱਤ ਪਵਾਉਣ ਲੱਗੇ ਹਾਂ, ਬਸ ਹਨ ਕਰੀਬ ਹੀ ਜਿਵੇਂ ਸਾਡੇ ਇੱਥੇ ਆਉਂਦੇ ਨਾ ਪੈਸੇ ਕਿ 20-30 ਹਜ਼ਾਰ ਰੁਪਏ ਨਾਲ ਉਹਦੀ ਛੱਤ ਕੰਪਲੀਟ ਹੋ ਜਾਣੀ, ਗਾਡਰ ਹੁੰਦਾ ਹੈਗਾ ਅਤੇ ਕੜੀਆਂ ਹੀ ਪੈਣੀਆਂ ਨੇਗੀਆਂ, ਅਤੇ ਪਹਿਲਾਂ ਵਗੈਰਾ ਉਹ ਛੱਤ ਕੰਪਲੀਟ ਹੋ ਜਾਵੇ, ਪਲਸਤਰ ਵਗੈਰਾ ਤੋਂ ਬਾਅਦ ਕਰਾ ਲਵਾਂਗੇ ਛੱਤਾਂ ਮੁਕੰਮਲ ਕਰਾਂਗੇ। ਅਤੇ ਇਹ ਜਿਹੜੀਆਂ ਛੱਤ ਹੈਗੀ ਇਹਦੇ ਥੋੜ੍ਹਾ ਜ਼ਿਆਦਾ ਖਰਚਾ ਆਉਣਾ ਕਿਉਂਕਿ ਇਹਦੇ 2 ਗਾਡਰ ਹੋਣੇ ਨੇਗੇ, ਇਹ ਥੋੜ੍ਹੀ ਜਿਹੀ ਬਾਅਦ ਪਵਾ ਲਵਾਂਗੇ। ਇਹ ਛੱਤਾਂ ਪੈ ਗਈਆਂ, ਫਿਰ ਇੱਥੋਂ ਸਮਾਨ ਵਗੈਰਾ ਲਿਜਾਵਾਂਗੇ, ਉਹਦੇ ਆਸਾਨੀ ਹੋਵੇਗੀ, ਫਿਰ ਇਨਸ਼ਾਅੱਲਾ ਤਾਲਾ ਨਾ ਉਹਦੇ ਕੋਲ ਵਾਰਡ ਵਗੈਰਾ ਬਣਵਾ ਕੇ ਅਤੇ ਉੱਥੇ ਕਨੁੱਕਾ ਰੇ ਕੇਵਿਜ ਬਣਵਾ ਲਵਾਂਗੇ, ਫਿਰ ਛੱਤ ਰੱਖਾਂਗੇ ਬੱਕਰੀਆਂ, ਘਰ ਇੱਥੇ ਬੰਨਦੇ ਰਹਿੰਦੇ ਹਾਂਗੇ। ਵੈਸੇ ਮੇਰਾ ਤਾਂ ਦਿਲ ਸੀਗਾ ਕਿ ਛੱਤ ਬੈਸਟ ਜਗ੍ਹਾ, ਲੇਕਿਨ ਅਗਰ ਕਿੱਧਰੋਂ ਜਿਵੇਂ ਤੁਹਾਨੂੰ ਦੱਸਿਆ ਸੀ ਆ ਪੜੋਸੀਆਂ ਵਾਲੀ ਸਾਡੇ ਕੋਲ ਜ਼ਮੀਨ ਲਈ ਜਾਂਦੀ ਨਾ, ਅਤੇ ਇਸ ਸਾਈਡ 'ਤੇ ਅਸੀਂ ਰੱਖ ਲੈਂਦੇ, ਕਿਤਨੀ ਖੁੱਲ੍ਹੀ ਜਗ੍ਹਾ ਸੀਗੀ, ਅਤੇ ਅਗਰ ਇਹ ਨਾ ਲਈ ਜਾਂਦੀ ਘਰ ਦੇ ਅੱਗੋਂ ਲਈ ਜਾਂਦੀ ਥੋੜ੍ਹੀ ਬਹੁਤੀ। ਉਹਨਾਂ ਦਾ ਇੱਕ ਇੰਝ ਹੈਗਾ ਕਿ ਜਿਵੇਂ ਐਡਵਾਂਸ ਨੂੰ ਆਪਾਂ ਦਿੰਦੇ ਹਾਂਗੇ ਥੋੜ੍ਹੇ ਬਹੁਤੇ ਪੈਸੇ ਕਲੋਨੀਆਂ ਵਾਲਿਆਂ ਨੂੰ, ਉਹ ਹੀ ਹਿਸਾਬ ਬਣਨਾ ਸਾਨੂੰ, ਅਤੇ ਬਾਕੀ ਉਹਨਾਂ ਦੇ ਕੋਲ ਬਾਈ ਨੇ ਪਲਾਟ ਵਗੈਰਾ ਲੈਣਾ, ਉਹਦੇ ਉਹਨਾਂ ਦੀ ਕਿਸ਼ਤਾਂ ਵਗੈਰਾ ਉਹਨਾਂ ਨੇ ਭਰਨੀਆਂ, ਉਹ ਸਾਡੇ ਕੋਲ ਡਾਇਰੈਕਟ 8 ਮਹੀਨੇ ਸਾਡੀ ਸੈਲਰੀ 'ਚ ਲੈ ਕਰਨਗੇ, ਉਹਦੇ ਉਹ ਕਿਸ਼ਤ ਬਾਈ ਦੀ ਭਰਤੀ ਕਰਨਗੇ। ਇਸ ਤਰ੍ਹਾਂ ਉਹਨਾਂ ਨੇ ਸਾਨੂੰ ਕਿਹਾ ਹੈਗਾ ਉਸ ਜ਼ਮੀਨ ਦਾ ਜਿਹੜੀ ਘਰ ਦੇ ਅੱਗੇ ਪਈ ਹੈਗੀ ਆ ਸਾਹਮਣੇ ਵਾਲੀ, ਇਹ ਵੀ ਇਨਸ਼ਾਅੱਲਾ ਤਾਲਾ ਅਗਰ ਸਾਡੇ ਕੋਲ ਹੁੰਦਾ ਨਾ ਤਕਰੀਬਨ 1-1.5 ਲੱਖ ਰੁਪਏ ਇਹਨਾਂ ਨੂੰ ਪਹਿਲੇ ਦੇਣਾ ਪੈਣਾ, ਇੱਥੋਂ ਬੰਦਾ 10 ਮਰਲੇ ਘਰ ਦੇ ਅੱਗੋਂ ਲੈ ਲੈਂਦਾ, ਅਤੇ ਰੇਟ ਵੀ ਇਤਨਾ ਜ਼ਿਆਦਾ ਨਹੀਂ ਮੰਗ ਰਹੇ ਨੇਗੇ।
ਸਾਡੇ ਪਿੰਡ ਦੇ ਵਿੱਚ ਜਾਂ ਰੇਟ ਚੱਲ ਰਹੇ ਹਨ ਮੁਨਾਸਿਬ ਰੇਟ, ਉਸ ਨਾਲ ਵੀ ਮੁਨਾਸਿਬ ਮੰਗ ਰਹੇ ਨੇ ਗੇ। ਇੱਕ ਕਿਸ਼ਤਾਂ ਵਾਲਾ ਹਿਸਾਬ ਵੀ ਹੈਗਾ, ਕਿਸ਼ਤਾਂ ਦਾ ਤੁਹਾਨੂੰ ਪਤਾ ਜ਼ਮੀਨ ਮਹਿੰਗੀ ਮਿਲਦੀ ਅਤੇ ਇਹ ਤਾਂ ਬਹੁਤ ਸਸਤਾ ਰੇਟ ਮੰਗ ਰਹੇ ਨੇ ਗੇ। ਪੂਰੇ ਪਿੰਡ 'ਚੋਂ ਮੈਂ ਕਹਿੰਦਾ ਮੁਨਾਸਿਬ ਰੇਟ ਇਹਨਾਂ ਲਾਇਆ ਹੈਗਾ ਅਤੇ ਇਨਸ਼ਾਅੱਲਾ ਜੀ ਦੇਖਾਂਗੇ ਜਿਵੇਂ ਅੱਲਾ ਪਾਕ ਨੂੰ ਮਨਜ਼ੂਰ ਹੋਇਆ। ਅਗਰ ਜ਼ਮੀਨ ਲਏਗੀ ਤਾਂ ਜ਼ਮੀਨ 'ਚੋਂ ਤਾਂ ਬਣਾ ਲਵਾਂਗੇ ਬੱਕਰੀਆਂ ਲਈ ਕੋਈ ਕਮਰਾ ਵਗੈਰਾ, ਨਹੀਂ ਤਾਂ ਫਿਰ ਛੱਤ 'ਤੇ ਤਾਂ ਬਣਾਉਣਾ ਹੀ ਬਣਾਉਣਾ, ਉਹ ਤਾਂ ਤੁਹਾਨੂੰ ਪਤਾ ਹੀ ਹੈਗਾ। ਅਤੇ ਉੱਧਰ ਅੰਮੀ ਅਤੇ ਅੱਬੂ ਜੈਨ ਨਾ ਇਹਨਾਂ ਨੇ ਮਿੰਟ ਲਾਇਆ ਹੈਗਾ, ਇਤਨਾ ਗਾਸ ਲੈ ਕੇ ਆ ਗਏ, ਤੁਸੀਂ ਚੈੱਕ ਕਰੋ ਮਾਸ਼ਾਅੱਲਾ ਹਰਾ ਭਰਾ। ਇਹ ਤਾਂ ਚਾਰ ਬੈਂਸੋਂ ਆਵਣ ਅਤੇ ਉਹ ਖਾ ਸਕਦੀਆਂ ਨਹੀਂ ਅਸੀਂ ਚੈੱਕ। ਅੱਬੂ ਜੈਨ ਇਹ ਕਿਧਰੇ ਇੱਕੇ ਜਗ੍ਹਾ 'ਤੇ ਉਹ ਫਸਲ ਤਾਂ ਨਹੀਂ ਗੱਡੀ ਤੁਹਾਨੂੰ ਲੱਭ ਗਈ ਗਾਸ ਦੀ? ਦਵਾੜੇ ਵਿੱਚੋਂ ਥੋੜਾ ਥੋੜਾ ਕਰਕੇ ਪੜ ਲਿਆ ਜੁੱਤੀ, ਇਹ ਤਾਂ ਮੇਰੀ ਵੀ ਟੁੱਟ ਗਈ ਸੀਗੀ ਇੱਕ ਸਾਈਡ ਤੋਂ। ਹਾਂ ਇਹ ਅਲਫੀ ਜੀ ਲੱਗੀ ਹੁੰਦੀ ਲੈ ਜਾਂਦੀ ਇਹਨਾਂ ਦੀ ਮੇਰੀ ਤੋਂ। ਹਾਂ ਸਿਲਾਈ ਹੋ ਜਾਏਗੀ, ਸਾਡਾ ਸਿਲਾਈ ਹੋ ਜਾਵੇਗੀ। ਇਹ ਜੁੱਤੀਆਂ ਲਈਆਂ ਸੀ ਦੋ ਅੱਬੂ ਜਾਨ ਅਤੇ ਮੈਂ ਇੱਕ ਤਰ੍ਹਾਂ ਦੀਆਂ, ਤਾਂ ਉਹ ਨਾ ਟੁੱਟ ਜਾਂਦੀਆਂ ਸਾਡਾ ਤੋਂ ਨਾ ਰਬੜ ਲੈ ਜਾਂਦਾ ਹੈਗਾ, ਇਹਨੂੰ ਮੈਂ ਕਟਵਾ ਲਿਆਵਾਂਗਾ। ਬਾਕੀ ਮੈਂ ਯਕੀਨ ਦੇਖ ਕੇ ਰਾਨ ਹੋ ਗਿਆ, ਥੋੜ੍ਹਾ ਜਿਹਾ ਟਾਈਮ ਹੋਇਆ ਅੱਬੂ ਜਾਨ ਉਹਨਾਂ ਨੂੰ ਗਹਿਣ ਨੂੰ, ਕਿਤੇ ਕਹਿ ਰਹੇ ਨੇ ਥੋੜ੍ਹਾ ਥੋੜ੍ਹਾ ਕਰਕੇ ਅਸੀਂ ਪੱਟਿਆ, ਫਿਰ ਵੀ ਇੰਨਾ ਪੱਟ ਕੇ ਲੈ ਰਹੇ ਹਾਂ ਗਾਸ। ਇਹ ਨਾ ਸੋਚ ਲਿਆ ਜੇ ਥੱਲੇ ਪਹਿਲੇ ਵਾਲਾ ਕੋਈ ਗਾਸ ਪਿਆ, ਦੇਖੋ ਸਾਰਾ ਹਰਾ ਭਰਿਆ ਮਾਸ਼ਾਅੱਲਾ ਢੇਰ ਲੱਗਿਆ ਪਿਆ ਹੈਗਾ। ਅਤੇ ਇਹ ਤਾਂ ਵੈਸੇ ਦੋ ਦਿਨ ਨਹੀਂ ਖਤਮ ਹੁੰਦਾ, ਲੇਕਿਨ ਇਹਨੇ ਸੁੱਕ ਜਾਣਾ ਹੈਗਾ ਔਰ ਲਿਆਉਣਾ ਹੀ ਪੈਣਾ ਸੁਬਾਹ ਫਸਟ ਟਾਈਮ, ਫਿਰ ਔਰ ਜਾ ਕੇ ਲਿਆਵਣਗੇ ਅੰਮੀ ਅੱਬੂ, ਮੈਂ ਵੀ ਨਾਲ ਚਲਾਂਗੇ ਕਰਾਂਗੇ। ਇਹ ਅੰਮੀ ਅਤੇ ਅੱਬੂ ਦੋਨਾਂ ਨੇ ਮਿਹਨਤ ਨਾਲ ਨਾ ਕੱਟਿਆ ਹੈਗਾ। ਚਲੋ ਕੋਈ ਨਾ, ਇੱਥੇ ਡੇਲੀ ਲਾ ਕੇ ਰੱਖਣੇ, ਛਾਂ 'ਚ ਇੱਥੇ ਰੱਖਿਆ ਨਾ, ਇੱਥੇ ਮੁੜ ਜਾਵੇਗਾ ਨਹੀਂ, ਨਹੀਂ ਤਾਂ ਇੱਧਰ ਕਿਤੇ ਰੱਖਦੇ ਇੱਥੇ ਜਾਂ ਉਸ ਜਗ੍ਹਾ 'ਤੇ ਕਿਤੇ ਡੇਰੀ ਲਾਉਂਦੇ ਤਾਂ ਇੱਥੇ ਦੋ ਪੌਣੀ ਸੀ ਮੁੜ ਜਾ ਜਾਣਾ ਸੀ ਇਹਨੇ। ਇਹਨਾਂ ਨੂੰ ਥੋੜ੍ਹਾ ਥੋੜ੍ਹਾ ਸਿੱਟੇ ਆ, ਕਦਰ ਨਾ ਖਾਵਣਗੇ, ਨਹੀਂ ਤਾਂ ਇਹਨਾਂ ਨੇ ਸਾਰਾ ਇਸ ਤਰ੍ਹਾਂ ਜ਼ਾਇਆ ਕਰ ਦੇਣਾ ਸੀ ਜਿਵੇਂ ਆਹ ਸੁੱਕਿਆ ਪਿਆ ਹੈਗਾ। ਆਹ ਵੈਸੇ ਮੇਰੇ ਭੈਣ ਭਾਈ ਸੋਚਦੇ ਧੋਣਗੇ ਅੱਜ ਜਿਹੜਾ ਇਹਨਾਂ ਬਾਰ ਬਾਰ ਕਲਿੱਪ ਕਿਉਂ ਕੱਟ ਕੱਟ ਕੇ ਬਣ ਰਿਹਾ? ਦਰਅਸਲ ਅੱਜ ਗਰਮੀ ਬਹੁਤ ਜ਼ਿਆਦਾ ਹੈਗੀ, ਫੋਨ ਜਿਹਾ ਬਾਰ ਬਾਰ ਹੀਟਅਪ ਹੋ ਜਾਂਦਾ ਹੈਗਾ, ਜਿਸ ਵਜ੍ਹਾ ਤੋਂ ਨਾ ਕੈਮਰਾ ਆਪਣੇ ਆਪ ਹੀ ਆਟੋਮੈਟਿਕ ਹੀ ਬੰਦ ਹੋ ਜਾਂਦਾ। ਅਤੇ ਬੜੀ ਵਾਰੀ ਮੈਂ ਕੋਸ਼ਿਸ਼ ਕੀਤੀ ਕਢਾਉਣ ਲੱਗ, ਜਦੋਂ ਅੰਮੀ ਅੱਬੂ ਗਏ ਸੀ ਗਾਸ ਵੱਢਣ ਉਦੋਂ ਕਲਿੱਪ ਬਣਾਇਆ ਸੀ, ਉਸ ਤੋਂ ਬਾਅਦ ਜਦੋਂ ਆਏ ਨੇ ਉਦੋਂ ਬਣਿਆ ਹੈਗਾ, ਇਹਨੂੰ ਉੱਥੇ ਅੰਦਰ ਰੱਖਿਆ ਠੰਡੀ ਜਗ੍ਹਾ, ਥੋੜ੍ਹਾ ਠੰਡਾ ਹੋ ਗਿਆ, ਹੁਣ ਫਿਰ ਉਵੇਂ ਹੀਟਅਪ ਹੋਇਆ ਖੜ੍ਹਾ ਹੈਗਾ, ਕੋਈ ਪਤਾ ਨਹੀਂ ਹੈ ਵੀ ਬਲਕਿ ਬਣ ਰਿਹਾ ਕਲਿੱਪ ਸੁੱਕਾ ਰਿਹਾ ਅੱਲਾ ਦਾ। ਅਤੇ ਉਦੋਂ ਤੁਸੀਂ ਇਹ ਦੇਖੋ, ਮੈਨੂੰ ਯਕੀਨ ਯਕੀਨ ਨਹੀਂ ਹੁੰਦਾ ਇਹਨਾਂ ਦੋਨਾਂ ਬੱਕਰੀਆਂ ਨੂੰ ਦੇਖ ਲਓ, ਇੱਕ ਉਹ ਵਾਲੀ ਅਤੇ ਇੱਕ ਇਹ ਵਾਲੀ, ਕਿੰਨੀਆਂ ਨਸਲੀ ਬੱਕਰੀਆਂ ਨੇ, ਅਸਲ ਦੇਸੀ ਦੋਨੇ। ਇਹ ਦੋਨੇ ਜਿਹੜੀਆਂ ਨੇਗੀਆਂ ਸਾਨੂੰ 50,000 ਇਹ ਪਈਆਂ ਨੇਗੀਆਂ, ਉਹ ਮਿਲੀ 30,000 ਦੀ, ਇਹ 20,000 ਦੀ। ਜੇਕਰ ਇਹਨਾਂ ਦੋਨਾਂ ਵੇਖੇ, ਕੱਲ੍ਹ ਤਾਂ ਅਸੀਂ ਇਹ ਦੋ ਲੈ ਆਏ ਨੇ, ਇੱਕ ਇਹ ਲੈ ਆਏ ਅਤੇ ਇੱਕ ਹੈ, ਇਹ ਸਾਨੂੰ 38,000 ਰੁਪਏ ਦੀ ਦੋ ਮਿਲੀਆਂ, ਉਹ 18,000 ਦੀ ਮਿਲੀ ਹੈ 20,000 ਰੁਪਏ ਦੀ। ਅਤੇ ਯਾਰ ਇਹਨੂੰ ਮਸਲਾ ਤਾਂ ਕੋਈ ਨਹੀਂ ਹੈਗਾ, ਕੋਈ ਯਾ ਤਾਂ ਕੋਈ ਮਸਲਾ ਹੋਵੇ ਜੇ ਇੰਨੀ ਸਸਤੀ ਬੱਕਰੀ ਸਾਨੂੰ ਮਿਲ ਗਈ। ਮੈਂ ਖੁਦ ਹੈਰਾਨ ਹਾਂ, ਕੱਲ੍ਹ ਲਾਦਾ ਮਸਲਾ ਸੰਧੀ ਸਮਾਈ ਆ ਬੱਕਰੀ ਹੈਗੀ। ਅਤੇ ਜਿਹੜੇ ਅੰਕਲ ਨੂੰ ਅਸੀਂ ਕਿਹਾ ਸੀ ਨਾ ਬੱਕਰੀਆਂ ਲਵਣ ਕੋਲ, ਰਾਤ ਨੂੰ ਆਏ ਸੀ ਉਹਨਾਂ ਨੂੰ ਇਹਨਾਂ ਪੈਸੇ ਦੇਣੇ ਸੀਗੇ, ਅਤੇ ਉਹਨਾਂ ਨੂੰ ਕਿਹਾ ਸੀ ਤੁਹਾਨੂੰ ਨਾ ਸੈਲਰੀ ਨਿਕਲਵਾ ਕੇ ਦਿੰਦੇ ਹਾਂ, ਕੱਲ੍ਹ ਸੈਲਰੀ ਨਹੀਂ ਨਿਕਲਵਾ ਲਿਆ ਸੀਗੇ ਮੈਨੂੰ ਲੱਗਦਾ ਅੰਮੀ ਅੱਬੂ, ਅਤੇ ਅੱਜ ਆਉਣ ਜਾ ਕੇ ਉਹ ਪੈਸੇ ਨਿਕਲਵਾ ਲੈਣਗੇ, ਫਿਰ ਜਾ ਕੇ ਉਹਨਾਂ ਨੂੰ ਲੈ ਆਵਾਂਗੇ ਸੈਕਿੰਡ ਟਾਈਮ। ਅਤੇ ਉਹ ਰਾਤ ਨੂੰ ਇਹਨਾਂ ਪੈਸੇ ਲਵਣ ਆਇਆ ਸੀ ਤਾਂ ਉਹਨਾਂ ਨੂੰ ਦਿਖਾਈ ਸੀ, ਉਹ ਕਹਿ ਰਹੇ ਸੀ ਇਹ ਜਿਹੜੀ ਬੱਕਰੀ ਨਾ ਬਹੁਤ ਨਸਲੀ ਹੈਗੀ, ਕਹਿੰਦੇ ਕਿ ਜੇ ਬੱਚੇ ਹੋਣਗੇ ਨਾ ਉਹ ਬਹੁਤ ਕੀਮਤੀ ਹੋਣਗੇ, ਜਿਸ ਤਰ੍ਹਾਂ ਇਹ ਕੀਮਤੀ ਕਹਿੰਦੇ ਵੀ ਅਸੀਂ ਹੋਣੀ ਵੇਚੋ ਤੁਹਾਡੀ 50,000-60,000 ਦੀ ਸਕੂਨ ਵੇਚ ਜਾਣੀ, ਇਹ ਤਾਂ ਉਹਨਾਂ ਰਹਿਤ ਮੁਨਾਸਿਬ ਉਹਨਾਂ ਨੇ ਦੇ ਦਿੱਤੀ ਹੈਗੀ। ਮੈਂ ਕਿਹਾ ਚਲੋ ਸ਼ੁਕਰ ਹੈ ਅੱਲਾ ਦਾ, ਗਰੇ ਹੀ ਖੜੀ ਇਹਨਾਂ ਦਾ, ਬੱਚੇ ਜਿਹੜੇ ਸਾਂਭ ਸਾਂਭ ਕੇ ਵਿੱਚ ਹੀ ਆਵਾਂਗੇ, ਇਹਨੂੰ ਸਾਂਭੀ ਜਾਵਾਂਗੇ।
ਤੇ ਠੀਕ ਹੈ ਆਪਣਾ ਇਹਦਾ ਜੇ ਵਲਾਗ ਇੱਥੇ ਖਤਮ ਕਰਨੇ ਆ ਇਨਸ਼ਾ ਅੱਲਾਹ ਸੈਕਿੰਡ ਟਾਈਮ ਮੈਂ ਵਲਾਗ ਬਣਾਵਾਂਗਾ ਕਿਉਂਕਿ ਹੁਣ ਫੋਨ ਜਿਹੜਾ ਹੈਗਾ ਸਾਥ ਨਹੀਂ ਦੇ ਰਿਹਾ ਗਰਮੀ ਬਹੁਤ ਜ਼ਿਆਦਾ ਹੈਗੀ ਕੱਲ੍ਹ ਹਵਾ ਚੱਲੀ ਸੀ ਅੱਜ ਹਵਾ ਹੀ ਨਹੀਂ ਚੱਲੀ ਹੋਈ ਹੈਗੀ ਅਤੇ ਚੱਲ ਕੇ ਤੁਹਾਨੂੰ ਦਿਖਾਉਣਾ ਆ ਗਿਆ ਥੋੜ੍ਹਾ ਜਿਹਾ ਪਿੰਡ ਦਾ ਹੀ ਵਿਊ ਉੱਤੋਂ ਛੱਤ ਤੋਂ ਵੈਸੇ ਨਾ ਜਿਸ ਤਰ੍ਹਾਂ ਮੇਰੇ ਵਿਊਵਰ ਮੈਨੂੰ ਮਸ਼ਵਰਾ ਦੇ ਰਹੇ ਸੀ ਉਸ ਛੱਤ 'ਤੇ ਅਸਲ ਤੂੰ ਕੇਵੇਜ ਬਣਾ ਉਸ ਛੱਤ ਨੂੰ ਬੈਸਟ ਰਹੇਗਾ ਮੈਂ ਕਹਿੰਦਾ ਇਸ ਛੱਤ 'ਤੇ ਕੇਵੇਜ ਬਣਾ ਲਈਏ ਉਹਦੇ ਬਣਾ ਵੀ ਹੈ ਤਾਂ ਪਹਿਲਾਂ ਛੱਤਾਂ ਵਗੈਰਾ ਪਾਉਣੀ ਪੈਣੀਆਂ ਨੇ ਇਹਦੇ 'ਤੇ ਨਾ ਇੱਥੇ ਕਿਤੇ ਨੁੱਕਰ 'ਤੇ ਬਣਾ ਲਈਏ ਇੱਥੇ ਪਿੱਛੇ ਕਰਕੇ ਇਹਦੀ ਪਹਿਲੇ ਵਾੜ ਬਣਵਾਉਣੀ ਪੈਗੀ ਖਰਚਾ ਵੀ ਘੱਟ ਗਿਆ ਹੋਣਾ ਵਾੜ ਵਗੈਰਾ ਪਹਿਲੇ ਬਣਵਾਉਂਦੇ ਹਾਂ ਉਸ ਤੋਂ ਬਾਅਦ ਇੱਥੇ ਕੇਵੇਜ ਬਣਵਾਉਂਦੇ ਹਾਂਗੇ ਬੱਕਰੀਆਂ ਲਈ ਫਿਰ ਜਦੋਂ ਅੱਗੇ ਇਨਸ਼ਾ ਅੱਲਾਹ ਤਾਲਾ ਬਾਅਦ ਗੁੰਜਾਇਸ਼ ਬਣੀ ਮੈਂ ਸੋਚਿਆ ਇੱਥੇ ਉੱਤੇ ਨਾ ਬਰਾਂਡਾ ਟੈਪ ਬਣਾਵਾਂਗੇ ਛੱਤ 'ਤੇ ਬਹਿਣ ਲਈ ਇਸ ਜਗ੍ਹਾ 'ਤੇ ਫਰੰਟ ਸਾਈਡ ਦਾ ਇੱਕ ਪਿਆਰਾ ਨਕਸ਼ਾ ਬਣ ਜਾਏ ਬਰਾਂਡਾ ਟੈਪ ਹੋਵੇਗਾ ਉਦੋਂ ਫਿਰ ਇੱਥੋਂ ਬੰਦਾ ਉਹ ਸ਼ਿਫਟ ਉੱਧਰ ਕਰਾ ਲੈਂਦਾ ਉੱਥੋਂ ਪਿੰਜਰਾ ਬਣਿਆ ਹੋਣਾ ਹੈਗਾ ਚੱਕ ਕੇ ਉੱਧਰ ਰੱਖਿਆ ਜਾਣਾ ਬਾਅਦ ਅਤੇ ਠੀਕ ਹੈ ਆਪਣਾ ਹਾਲੇ ਜੇ ਵਲਾਗ ਇੱਥੇ ਖਤਮ ਕਰਨਾ ਤੁਹਾਨੂੰ ਅੱਛਾ ਲੱਗੇ ਲਾਜ਼ਮੀ ਆਪਣੇ ਚੈਨਲ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰ ਲੈਣਾ ਅੱਗੇ ਦੋਸਤਾਂ ਰਿਸ਼ਤੇਦਾਰਾਂ ਸ਼ੇਅਰ ਵੀ ਕਰ ਲੈਣਾ ਥੈਂਕਸ ਫੋਰ ਵਾਚਿੰਗ ਐਂਡ ਅੱਲਾਹ ਹਾਫਿਜ਼।